ਹੁਣ ਕਾਰਪੋਰੇਟ ਵਰਲਡ ਨੇ ਆਪਣਾ ਮਾਡਲ ਚੇਂਜ ਕਰ ਦਿੱਤਾ ਆ, ਉਹ ਸਿੱਧਾ ਰੂਲ ਕਰਨਗੇ ਤੇ ਉਸ ਹਨੇਰੀ ਦਾ ਮੁਕਾਬਲਾ ਕਰਨ ਲਈ ਸਾਡੇ ਕੋਲ ਕੋਈ ਤਿਆਰੀ ਨਹੀਂ ਹੋਈ। ਜਿਹੜੇ ਸ਼ੋਭੇ ਨੇ ਦੁਨੀਆਂ ਦੇ ਉਹ ਕੰਮ ਕਰ ਰਹੇ ਨੇ, ਬਹੁਤ ਸਾਰੀਆਂ ਲੋਕਾਂ ਦੀ ਜਿਹੜੀ ਅੱਖ ਆ ਉਹ ਤੁਹਾਡੀ ਇਸ ਧਰਤੀ 'ਤੇ ਲੱਗੀ ਹੋਈ ਹੈ। ਜਦ ਤੱਕ ਤੁਸੀਂ ਇਹਨੂੰ ਖਾਲੀ ਕਰਕੇ ਇੱਥੋਂ ਭੱਜਦੇ ਨਹੀਂ ਜੇ, ਤਦ ਤੱਕ ਉਹ ਇੱਥੇ ਸਿੱਧਾ ਕਬਜ਼ਾ ਨਹੀਂ ਕਰ ਸਕਦਾ। ਪ੍ਰੋਫੈਸਰ ਸਾਹਿਬਾਨ ਜਿਹੜੇ ਰਿਸਰਚ ਵਿੱਚ ਲੱਗੇ ਹੋਏ ਨੇ ਉਹ ਪ੍ਰਵਾਸ ਦੇ ਮੂਲ ਕਾਰਨ ਕੀ ਨੇ ਉਹਦੇ ਉੱਤੇ ਕਾਫੀ ਰਿਸਰਚ ਕਰ ਰਹੇ ਨੇ ਅਤੇ ਉਹਦੇ 'ਚ ਵੱਡੇ ਕਾਰਨ ਇੱਥੋਂ ਦੇ ਜਿਹੜੇ ਰਾਜਨੀਤਿਕ ਅਤੇ ਜਿਹੜੇ ਬਿਊਰੋਕਰੈਟਿਕ ਸੈਟਅਪ ਆ ਉਹਦੇ ਵਿੱਚੋਂ ਜਿਹੜੀਆਂ ਪੰਜਾਬ ਦੇ ਪ੍ਰਤੀ ਨੀਤੀਆਂ ਨਿਕਲਦੀਆਂ, ਜਿਹਦਾ ਕਰਕੇ ਇੱਥੋਂ ਦੀ ਆਰਥਿਕਤਾ ਨੂੰ ਬਿਲਕੁਲ ਕੰਟਰੋਲ ਕਰਕੇ ਰੱਖਿਆ ਗਿਆ ਹੈ ਅਤੇ ਉਹਨੂੰ ਵਧਣ ਨਹੀਂ ਦਿੱਤਾ ਜਾ ਰਿਹਾ। ਸਭ ਤੋਂ ਵੱਡੀ ਚੀਜ਼ ਹੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਪੰਜਾਬ ਔਰ ਸਿੱਖਾਂ ਦੇ ਬਾਰੇ ਜੋ ਪਹੁੰਚ ਹੈ ਉਹ ਸਾਡੇ ਨਾਲ ਕਰਨਾ ਕੀ ਚਾਹੁੰਦੇ, ਉਹ ਸਾਨੂੰ ਰੱਖਣਾ ਕਿੱਥੇ ਚਾਹੁੰਦੇ। ਤਾਂ ਜਿਹੜੀ ਇਹ ਵਰਲਡ ਦੀ ਪੋਲੀਟਿਕਸ ਹੈ, ਜਿਹੜੀ ਇੰਡੀਆ ਦੀ ਪੋਲੀਟਿਕਸ ਹੈ, ਜਿਹੜੀ ਪੰਜਾਬ ਦੀ ਪੋਲੀਟਿਕਸ ਹੈ, ਇਹਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਡਰਾਈਵ ਹੁੰਦੀਆਂ, ਇਹਦੇ 'ਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ। ਇਹ ਡਰਾਈਵਿੰਗ ਫੋਰਸ ਇੱਥੋਂ ਲੈ ਰਹੀ ਸੀ। ਇਹ ਜਿਹੜਾ ਟਰੂਡੋ ਹੋਣਾ ਨੇ ਇਹਨਾਂ ਨੂੰ ਬਲੇਵਾਂ ਪਾਇਆ ਆ ਉਹ ਸਿਗਨਲ ਕੰਟਰੋਲ ਕਰਕੇ, ਪੰਜ ਅੱਖਾਂ ਦੇਖ ਰਹੀਆਂ ਦੁਨੀਆਂ ਨੂੰ, ਇੱਕ ਵੀ ਸਿਗਨਲ ਜਿਹੜਾ ਜਾ ਰਿਹਾ ਕਿ ਹਿੰਦੁਸਤਾਨ ਤੁਹਾਡੇ ਸਿਗਨਲ ਨਹੀਂ ਟਰੇਸ ਕਰ ਰਿਹਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸੂਚਨਾ ਦੇ ਸਿਰ ਦੇ ਉੱਤੇ ਰਾਜ ਨੇ ਜਦੋਂ ਤੋਂ ਇਹ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ੍ਹਿਆ ਜਾਂ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਲੰਘਣੀਆਂ ਨੇ ਪੰਜਾਬ ਵਿੱਚ, ਗੁਜ਼ਾਰਾ ਇਹਨਾਂ ਦਾ ਵੀ ਨਹੀਂ। ਪੰਜਾਬ ਸਰਕਾਰ ਨੇ ਇੱਕ ਨਵੀਂ ਫੋਰਸ ਬਣਾਈ ਹੈ ਜਿਹੜੀ ਸਿਰਫ ਹਾਈਵੇਜ਼ ਦੀ ਰਾਖੀ ਕਰੇਗੀ। ਉਹ ਕਾਹਦੇ ਲਈ ਹੈ, ਜਿਹੜਾ ਤੁਸੀਂ ਤੀਜੇ ਘੰਟੇ ਟੋਲ ਪਲਾਜ਼ੇ ਬੰਦ ਕਰ ਦਿੰਦੇ ਹੋ ਉਹ ਨਹੀਂ ਕਰਨ ਦੇ ਰਹੇ, ਕਿਉਂਕਿ ਇੰਟਰਨੈਸ਼ਨਲ ਪੋਲਿਸੀਜ ਨੇ। ਇਹ ਪੈਸਾ ਕਿਤੇ ਹੋਰ ਲੱਗ ਰਿਹਾ, ਆਈਐਮਐਫ ਦਾ ਲੱਗ ਰਿਹਾ ਜਾਂ ਹੋਰ ਕਿਤੇ ਲੱਗ ਰਿਹਾ, ਵਰਲਡ ਬੈਂਕ ਦਾ ਪੈਸਾ। ਉਹ ਖਲਲ ਨਹੀਂ ਚਾਹੁੰਦੇ ਆਪਣੇ ਵਿੱਚ, ਆਪਣੇ ਕੰਮ ਕਾਰ ਨੂੰ ਚਲਾਉਣ ਦੇ। ਤਾਂ ਪ੍ਰੈਕਟੀਕਲ ਰੂਪ ਵਿੱਚ ਇਹ ਹੈ ਕਿ ਸਾਡੇ ਰਾਜਨੀਤਿਕ ਲੋਕ ਔਰ ਸਾਡੇ ਪੜ੍ਹੇ ਲਿਖੇ ਲੋਕ ਪੰਜਾਬ ਬਾਰੇ ਸੋਚਣ ਨੂੰ ਘੱਟ ਗਏ, ਪੰਜਾਬ ਨੂੰ ਮੁਹੱਬਤ ਕਰਨ ਨੂੰ ਘੱਟ ਗਏ, ਇਸ ਕਰਕੇ ਪੰਜਾਬ ਦਾ ਬੁਰਾ ਹਾਲ। ਸ਼ਹੀਦਾਂ ਦੀ ਧਰਤੀ 'ਤੇ ਨਤਮਸਤਕ ਹੁੰਦੇ ਹੋਏ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਸਿਰਮੌਰ ਸੰਸਥਾ ਵੱਲੋਂ ਇੱਕ ਮਹੱਤਵਪੂਰਨ ਵਿਸ਼ਾ ਐਜੂਕੇਸ਼ਨ ਅਤੇ ਉਹਦੀ ਵਰਤਮਾਨ ਸਥਿਤੀ ਦੇ ਉੱਤੇ ਇਹ ਕਾਨਫਰੰਸ ਰੱਖੀ ਗਈ ਹੈ ਅਤੇ ਇਹਦੇ 'ਤੇ ਡੂੰਘੀਆਂ ਵਿਚਾਰਾਂ ਹੋ ਰਹੀਆਂ ਨੇ। ਮੈਂ ਆਪਣੀ ਗੱਲਬਾਤ ਭਾਅ ਜੀ ਸਿਕੰਦਰ ਸਿੰਘ ਹੋਰਾਂ ਦੀ ਗੱਲਬਾਤ ਨਾਲ ਜੋੜ ਕੇ ਕਰਨੀ ਚਾਹੁੰਦਾ ਕਿ ਇਹਦੇ ਇਹ ਜੋ ਸਮੱਸਿਆ ਸਾਨੂੰ ਦਰਪੇਸ਼ ਹੈ, ਜੋ ਮੇਰਾ ਵਿਸ਼ਾ ਹੈ ਕਿ ਪ੍ਰਵਾਸ ਦੇ ਨਾਲ ਉਚੇਰੀ ਸਿੱਖਿਆ ਦੇ ਉੱਤੇ ਜੋ ਪ੍ਰਭਾਵ ਪਏ ਨੇ, ਉਹਦੇ ਕੁਝ ਲੱਛਣ ਸਾਹਮਣੇ ਆਏ ਕਿ ਸਾਡੇ ਵਿਦਿਆਰਥੀ ਪਲੱਸ ਟੂ ਤੋਂ ਬਾਅਦ ਉਚੇਰੀ ਸਿੱਖਿਆ 'ਚ ਨਹੀਂ ਆਉਣਾ ਚਾਹੁੰਦੇ ਅਤੇ ਉਹ ਇੱਕਦਮ ਪ੍ਰਵਾਸ ਵੱਲ ਦਾ ਰੁੱਖ ਕਰਦੇ ਨੇ ਅਤੇ ਫਿਰ ਸਾਡੇ ਕੋਲ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਕੋਰਸ ਚਲਾਉਣੇ ਔਖੇ ਹੋ ਗਏ। ਕਾਲਜਾਂ ਵਿੱਚ ਵਿਦਿਆਰਥੀ ਇੰਨੀ ਗਿਣਤੀ ਘੱਟ ਗਈ ਹੈ, ਉਹਦੇ ਨਾਲ ਉਹਨਾਂ ਦਾ ਰੈਵੇਨਿਊ ਘੱਟ ਗਿਆ, ਕੋਰਸ ਬੰਦ ਹੋ ਰਹੇ ਆ, ਉਹਦੇ ਨਾਲ ਨੌਕਰੀਆਂ 'ਤੇ ਅਸਰ ਪੈ ਰਿਹਾ, ਮੈਨੇਜਮੈਂਟਸ ਨੂੰ ਆਪਣੀ ਜਿਹੜੀ ਫਿਜ਼ੀਕਲ ਮੈਨੇਜਮੈਂਟ ਆ ਉਹਨੂੰ ਮੈਨੇਜ ਕਰਨਾ ਔਖਾ ਹੋ ਰਿਹਾ ਅਤੇ ਉਹਦੇ ਨਾਲ ਪੋਸਟਾਂ ਘੱਟ ਰਹੀਆਂ ਅਤੇ ਹੋਰ ਨੌਕਰੀਆਂ ਘਟਣਗੀਆਂ ਅਤੇ ਹੋਰ ਜ਼ਿਆਦਾ ਇਸ ਸਮੱਸਿਆ ਦਾ ਗੰਭੀਰ ਰੂਪ ਸਾਹਮਣੇ ਆਏਗਾ।
ਦੂਜਾ ਲੱਛਣ ਇਹਦਾ ਇਹ ਸਾਹਮਣੇ ਆ ਰਿਹਾ ਕਿ ਸਾਡੇ ਜਿਹੜੇ ਵਿਦਿਆਰਥੀ ਆ ਉਹ ਇੱਥੋਂ ਬਾਹਰ ਜਾਂਦੇ ਆ, ਉਹ ਸਿਰਫ ਪਲੱਸ ਟੂ ਪਾਸ ਹੁੰਦੇ ਆ, ਉੱਥੇ ਕਿਸੇ ਗ੍ਰੈਜੂਏਸ਼ਨ ਜਾਂ ਡਿਪਲੋਮਾ ਕੋਰਸ 'ਚ ਦਾਖਲਾ ਲੈਂਦੇ ਆ ਅਤੇ ਉਹਦੇ ਆਧਾਰ ਦੇ ਉੱਤੇ ਉੱਥੋਂ ਦੀ ਸ਼ਹਿਰੀਅਤ ਪ੍ਰਾਪਤ ਕਰਦੇ ਆ, ਉੱਥੋਂ ਦੇ ਨਿਵਾਸੀ ਬਣ ਕੇ ਉਸ ਪੜ੍ਹਾਈ ਨੂੰ ਅਲਵਿਦਾ ਆਖ ਦਿੰਦੇ ਆ, ਉਸ ਪੜ੍ਹਾਈ ਦੇ ਮੁਤਾਬਕ ਉੱਥੋਂ ਦੇ ਸਮਾਜ ਵਿੱਚ ਕੋਈ ਵੀ ਸੇਵਾ ਨਹੀਂ ਨਿਭਾਉਂਦੇ, ਨੌਕਰੀ ਨਹੀਂ ਕਰਦੇ, ਬਿਜ਼ਨਸ ਨਹੀਂ ਕਰਦੇ, ਕੋਈ ਹੋਰ ਕਰਦੇ ਆ ਜੋ ਉਹਨਾਂ ਨੂੰ ਆਸਾਨ ਲੱਗਦਾ। ਆਮ ਤੌਰ 'ਤੇ ਟਰੈਕਿੰਗ 'ਚ ਸਾਡੇ ਬੰਦੇ ਜਿਹੜੇ ਉੱਥੋਂ ਦੇ ਪਹਿਲਾਂ ਗਏ ਹੋਏ ਬੰਦੇ ਆ ਸਥਾਨਕ, ਉਹਨਾਂ ਦੀ ਅਸਟੈਬਲਿਸ਼ਮੈਂਟ ਹੋ ਚੁੱਕੀ ਹੈ, ਕਿਸ਼ਤਾਂ ਕੁਛ ਤਾਂ ਲੱਥ ਗਈਆਂ ਘਰਾਂ ਦੀਆਂ, ਹੁਣ ਉਹਨਾਂ ਦੇ ਬੱਚੇ ਕੁਛ ਚੰਗੇ ਕੋਰਸਾਂ 'ਚ ਜਾ ਰਹੇ ਆ, ਕੁਛ ਵੱਡੀਆਂ ਕੰਪਨੀਆਂ ਦੇ ਵਿੱਚ ਵੱਡੇ ਅਹੁਦਿਆਂ 'ਤੇ ਪਹੁੰਚੇ ਆ, ਜਿਹਦਾ ਕਿਸਾਨ ਮੋਰਚੇ ਵਿੱਚ ਸਾਨੂੰ ਫਾਇਦਾ ਵੀ ਹੋਇਆ। ਸੋ ਇਹ ਜਦੋਂ ਤਸਵੀਰ ਦੇ ਦੋਵੇਂ ਪਾਸੇ ਸਾਹਮਣੇ ਰੱਖਦੇ ਹਾਂ ਤਾਂ ਪ੍ਰਵਾਸ ਦੇ ਨੁਕਸਾਨ ਵੀ ਨੇ ਅਤੇ ਫਾਇਦੇ ਵੀ ਨੇ, ਕੌਮੀ ਸ਼ਕਤੀ ਵੀ ਇਹ ਬਣ ਸਕਦੇ ਆ ਅਤੇ ਕੌਮ ਦਾ ਘਾਤ ਵੀ ਇਹ ਕਰ ਸਕਦੇ ਆ। ਇਹ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬੜਾ ਸੰਤੁਲਿਤ ਤਰੀਕੇ ਨਾਲ ਵੇਖਣ ਦੀ ਲੋੜ ਹੈ। ਤੋ ਇਹ ਜਿਹੜੀ ਉਚੇਰੀ ਸਿੱਖਿਆ ਦੇ ਵਿੱਚ ਸਾਡੀ ਹਾਜ਼ਰੀ ਹੈ ਇਹ ਇਸ ਵੇਲੇ ਘੱਟ ਰਹੀ ਹੈ। ਪਹਿਲੇ ਸਮਿਆਂ ਦੇ ਵਿੱਚ ਵੀ ਪ੍ਰਵਾਸ ਜਾਂ ਵਿਦੇਸ਼ਾਂ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਰੁਝਾਨ ਰਿਹਾ, ਪਰ ਉਸ ਵੇਲੇ ਸਾਡੇ ਬੰਦੇ ਉੱਥੋਂ ਵਿੱਦਿਆ ਪ੍ਰਾਪਤ ਕਰਕੇ ਪੰਜਾਬ ਵਾਪਸ ਆ ਜਾਂਦੇ ਸੀ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਆਏ, ਜਿਵੇਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਏ, ਜਿਵੇਂ ਗੁਰਬਖਸ਼ ਸਿੰਘ ਪ੍ਰੀਤ ਲੜੀ, ਹੋਰ ਬਹੁਤ ਸਾਰੀਆਂ ਹਸਤੀਆਂ ਜਿਨ੍ਹਾਂ ਨੇ ਪੰਜਾਬ ਨੂੰ ਬੁਲੰਦੀਆਂ ਵੱਲ ਖੜਿਆ, ਉਹਨਾਂ ਨੇ ਜਿਹੜੀ ਨਵੀਂ ਰੋਸ਼ਨੀ ਪੱਛਮ ਦਾਵਾ ਕਰ ਰਿਹਾ ਸੀਗਾ ਉਸ ਨੂੰ ਸੁਣਿਆ, ਸਮਝਿਆ, ਸਿੱਖਿਆ ਅਤੇ ਵਾਪਸ ਇੱਥੇ ਆ ਕੇ ਆਪਣੀ ਧਰਤੀ ਦੀ ਸੇਵਾ ਵਿੱਚ ਲਾਇਆ। ਕਿ ਇਹ ਜੋ ਕੁਛ ਹੋ ਰਿਹਾ ਹੈ ਇਹਦੇ ਪਿੱਛੇ ਦੋ ਵੱਡੀਆਂ ਚੀਜ਼ਾਂ ਨੇ, ਉਹਨਾਂ ਨੂੰ ਖੰਗਾਲਣ ਦੀ ਲੋੜ ਹੈ, ਫਿਰ ਪ੍ਰਵਾਸ ਵਾਲੇ ਮਸਲੇ ਨਾਲ ਨਜਿੱਠਿਆ ਜਾ ਸਕਦਾ। ਸਭ ਤੋਂ ਵੱਡੀ ਚੀਜ਼ ਹੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਪੰਜਾਬ ਔਰ ਸਿੱਖਾਂ ਦੇ ਬਾਰੇ ਜੋ ਪਹੁੰਚ ਹੈ, ਉਹ ਸਾਡੇ ਨਾਲ ਕਰਨਾ ਕੀ ਚਾਹੁੰਦੇ ਆ, ਉਹ ਸਾਨੂੰ ਰੱਖਣਾ ਕਿੱਥੇ ਚਾਹੁੰਦੇ ਆ, ਉਹਦੇ ਮੁਤਾਬਕ ਹੀ ਨੀਤੀਆਂ ਤੈਅ ਹੁੰਦੀਆਂ ਨੇ, ਉਹਦੇ ਮੁਤਾਬਕ ਹੀ ਉਹਨਾਂ ਨੀਤੀਆਂ ਨੂੰ ਲਾਗੂ ਕੀਤਾ ਜਾਂਦਾ। ਤੋ ਜਦ ਤੱਕ ਉਸ ਰਾਜਨੀਤੀ ਦੇ ਅੰਦਰ ਪਏ ਹੋਏ ਅਜਿਹੇ ਸੰਸਕਾਰਾਂ ਨਾਲ ਨਹੀਂ ਨਜਿੱਠਿਆ ਜਾਂਦਾ ਜਾਂ ਉਹਨਾਂ ਨੂੰ ਨਜਿੱਠਣ ਤੋਂ ਇਲਾਵਾ ਵੀ ਪਹਿਲਾਂ ਸਾਨੂੰ ਉਹ ਚੀਜ਼ਾਂ ਨੂੰ ਬੇਪਰਦ ਕਰਨਾ ਪਏਗਾ ਕਿ ਇਹ ਸਾਡੇ ਨਾਲ ਹੋ ਰਿਹਾ ਹੈ। ਤੋ ਜਿਹੜੀ ਦੂਸਰੀ ਚੀਜ਼ ਹੈ ਉਹ ਹੈ ਜਿਹੜੀ ਫਿਲੋਸਫੀ ਆਫ ਐਜੂਕੇਸ਼ਨ ਹੈ, ਕਿ ਇਹ ਵਾਲੀ ਐਜੂਕੇਸ਼ਨ ਜਿਹੜੀ ਇੱਥੇ ਰਹਿ ਕੇ ਵੀ ਬੰਦੇ ਪ੍ਰਾਪਤ ਕਰ ਰਹੇ ਆ ਉਹ ਕਿਹੋ ਜਿਹਾ ਬੰਦਾ ਕੱਢ ਰਹੀ ਹੈ। ਇਹ ਦੋ ਵੱਡੇ ਨੁਕਤੇ ਨੇ। ਜਾਂ ਅਸੀਂ ਆਪਣੇ ਬੱਚੇ ਨੂੰ ਜਦੋਂ ਐਜੂਕੇਸ਼ਨ ਵਿੱਚ ਪਾਉਂਦੇ ਹਾਂ ਤਾਂ ਉਦੋਂ ਸਾਡੀ ਉਸ ਬੱਚੇ ਅਤੇ ਉਸ ਐਜੂਕੇਸ਼ਨ ਸਿਸਟਮ ਤੋਂ ਆਸ ਕੀ ਹੁੰਦੀ ਹੈ? ਜਦ ਤੱਕ ਇਹ ਗੱਲਾਂ ਨਹੀਂ ਨਜਿੱਠੀਆਂ ਜਾਂਦੀਆਂ, ਨਾ ਹੀ ਪ੍ਰਵਾਸ ਦਾ ਮਸਲਾ ਹੱਲ ਹੋ ਸਕਦਾ, ਨਾ ਹੀ ਇਹਦੇ ਨਾਲ ਨੁਕਸਾਨੀ ਗਈ ਉਚੇਰੀ ਸਿੱਖਿਆ ਦਾ ਕੋਈ ਮਸਲਾ ਹੱਲ ਹੋ ਸਕਦਾ। ਤੋ ਫਿਲੋਸਫੀ ਆਫ ਐਜੂਕੇਸ਼ਨ ਅਤੇ ਪੋਲੀਟਿਕਸ ਆਫ ਇੰਡੀਅਨ ਸਟਰਕਚਰ ਜਿਹੜੀ ਆ ਉਹ ਨਹੀਂ ਸਮਝ ਲੱਗਦੀ ਜਾਂ ਉਹਦੇ ਉੱਤੇ ਆਪਣਾ ਠੀਕ ਬੈਲੈਂਸਡ ਅਪਰੋਚ ਨਹੀਂ ਆਉਂਦੀ, ਉਹਨਾਂ ਦਾ ਕਾਊਂਟਰ ਆਪਾਂ ਪੈਦਾ ਨਹੀਂ ਕਰਦੇ, ਤਦ ਤੱਕ ਸਾਡੀਆਂ ਉਚੇਰੀਆਂ ਸਿੱਖਿਆਵਾਂ ਇਸੇ ਤਰ੍ਹਾਂ ਸੰਘਰਸ਼ ਵਿੱਚ ਰਹਿਣਗੀਆਂ। ਹੁਣ ਜਿਹੜੀ ਇੰਡੀਅਨ ਅਪਰੋਚ ਹੈ ਉਹਦੇ ਲਈ ਚਲੋ ਵੱਖਰਾ ਵਿਸ਼ਾ, ਵੱਖਰੀ ਕਾਨਫਰੰਸ ਚਾਹੀਦੀ ਹੈ ਕਿ ਉਹ ਸਿੱਖਾਂ ਨੂੰ ਕਿੱਥੇ ਰੱਖਣਾ ਚਾਹੁੰਦੇ ਆ ਜਾਂ ਉਹਨਾਂ ਨੇ ਹੁਣ ਤੱਕ ਕਿੱਥੇ ਰੱਖਿਆ ਹੈ। ਪ੍ਰਵਾਸ ਦੀ ਸਮੱਸਿਆ ਸ਼ੁਰੂ ਕਿੱਥੋਂ ਹੁੰਦੀ ਹੈ? ਉਹਦੇ 'ਤੇ ਚਲੋ
ਯੂਨੀਵਰਸਿਟੀਜ਼ ਦੇ ਵਿੱਚ ਡਿਪਾਰਟਮੈਂਟਸ ਬਣੇ ਨੇ, ਉਹਨਾਂ ਨੇ ਕਾਫੀ ਰਿਸਰਚ ਕੀਤੀ ਹੈ। ਮੇਰਾ ਵੀ ਇਹ ਰਿਸਰਚ ਦਾ ਵਿਸ਼ਾ ਰਿਹਾ ਹੈ। ਡਾਕਟਰ ਹਰਚੰਦ ਸਿੰਘ ਬੇਦੀ ਬਹੁਤ ਕੰਮ ਕਰਕੇ ਗਏ ਨੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ। ਹੋਰ ਵੀ ਬਹੁਤ ਸਾਰੇ ਪ੍ਰੋਫੈਸਰ ਸਾਹਿਬਾਨ ਜਿਹੜੇ ਰਿਸਰਚ ਵਿੱਚ ਲੱਗੇ ਹੋਏ ਨੇ, ਉਹ ਪ੍ਰਵਾਸ ਦੇ ਮੂਲ ਕਾਰਨ ਕੀ ਨੇ ਉਹਦੇ ਉੱਤੇ ਕਾਫੀ ਰਿਸਰਚ ਕਰ ਰਹੇ ਨੇ, ਅਤੇ ਉਹਦੇ 'ਚ ਵੱਡੇ ਕਾਰਨ ਇੱਥੋਂ ਦੇ ਜਿਹੜੇ ਰਾਜਨੀਤਿਕ ਅਤੇ ਜਿਹੜੇ ਬਿਊਰੋਕਰੈਟਿਕ ਸੈਟਅਪ ਆ ਉਹਦੇ ਵਿੱਚੋਂ ਜਿਹੜੀਆਂ ਪੰਜਾਬ ਦੇ ਪ੍ਰਤੀ ਨੀਤੀਆਂ ਨਿਕਲਦੀਆਂ, ਜਿਹਦਾ ਕਰਕੇ ਇੱਥੋਂ ਦੀ ਆਰਥਿਕਤਾ ਨੂੰ ਬਿਲਕੁਲ ਕੰਟਰੋਲ ਕਰਕੇ ਰੱਖਿਆ ਗਿਆ ਹੈ ਅਤੇ ਉਹਨੂੰ ਵਧਣ ਨਹੀਂ ਦਿੱਤਾ ਜਾ ਰਿਹਾ। ਦੂਸਰੇ ਪਾਸੇ ਜਿਹੜੀ ਇੱਥੇ ਆਲਰੇਡੀ ਸਾਡੇ ਕੋਲ ਉਚੇਰੀ ਸਿੱਖਿਆ ਦੀ ਇੱਕ ਪ੍ਰੋਵੀਜ਼ਨ ਮੌਜੂਦ ਹੈ, ਜਿਹਦੇ ਵਿੱਚ ਸਾਡੀਆਂ ਕੁਝ ਕਿਸੇ ਹੱਦ ਤੱਕ ਆਜ਼ਾਦ ਸੰਸਥਾਵਾਂ ਮੌਜੂਦ ਨੇ, ਜਾਂ ਉਹਨਾਂ ਦੇ ਪਿੱਛੇ ਕੰਮ ਕਰਨ ਵਾਲਾ ਮਾਇੰਡ ਜਿਹੜਾ ਆ ਉਹ ਕੌਮ ਦਾ ਪੰਥ ਦਾ ਦਰਦ ਰੱਖਦਾ ਆ ਅਤੇ ਉਹ ਚਾਹੁੰਦੇ ਆ ਕਿ ਸਿੱਖਾਂ ਦਾ ਕੁਛ ਭਲਾ ਹੋਵੇ। ਉਹਨਾਂ ਵਿੱਚੋਂ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹਨਾਂ ਦੀ ਪੰਜਾਬ ਵਿੱਚ ਖਪਤ ਨਹੀਂ ਹੋ ਰਹੀ, ਤਾਂ ਇਹ ਖਪਤ ਵੀ ਫਿਰ ਉਸੇ ਹੀ ਇਕਨੋਮਿਕ ਮਾਡਲ ਨਾਲ ਜਾ ਕੇ ਜੁੜ ਜਾਂਦੀ ਹੈ। ਉਹਦੇ ਪਿੱਛੇ ਸੈਂਕਸ਼ਨਸ ਨੇ, ਉਹਦੇ ਪਿੱਛੇ ਫਿਰ ਇੱਕ ਇੰਡੀਅਨ ਇਕਨੋਮਿਕ ਅਤੇ ਇੰਡੀਅਨ ਜਿਹੜਾ ਬਿਊਰੋਕਰੈਟਿਕ ਮਾਇੰਡ ਆ ਉਹ ਖੜ੍ਹਾ ਆ। ਤਾਂ ਇਸ ਕਰਕੇ ਇਹਦੀ ਪੇਚੀਦਗੀ ਜ਼ਿਆਦਾ ਆ, ਇਹਦੀ ਡੂੰਘਾਈ ਜ਼ਿਆਦਾ ਆ ਇਸ ਮਸਲੇ ਦੀ। ਅਸੀਂ ਆਜ਼ਾਦ ਰੂਪ ਵਿੱਚ ਕੋਈ ਸੰਸਥਾ ਨਹੀਂ ਚਲਾ ਸਕਦੇ, ਇੱਕ ਸੈਮੀਨਾਰ ਨਹੀਂ ਕਰਾ ਸਕਦੇ ਆਪਣੀ ਆਜ਼ਾਦ ਸੰਸਥਾ ਦੇ ਵਿੱਚ, ਅਤੇ ਹੋਰ ਅਸੀਂ ਕੀ ਕਰ ਸਕਦੇ। ਅਤੇ ਜਿਹੜਾ ਗੁਲਾਮੀ ਦਾ ਅਹਿਸਾਸ ਆ, ਹੁਣ ਜਦੋਂ ਇਹ ਸਾਡੇ ਦੇ ਉੱਤੇ 1984 ਤੋਂ ਬਾਅਦ ਸਾਰਾ ਇਹ ਦਮਨ ਚੱਕਰ ਚੱਲਿਆ, ਉਹਦੇ ਵਿੱਚ ਜਿੰਨੀ ਕੁੱਟ ਪਈ ਹੈ, ਜਿੰਨੀ ਬੇਪਤੀ ਕੀਤੀ ਗਈ ਹੈ, ਸੰਘਰਸ਼ ਕਰਨ ਵਾਲੇ ਤਾਂ ਬਹੁਤ ਥੋੜ੍ਹੇ ਸਨ ਪਰ ਬੇਇੱਜ਼ਤ ਸਾਰੀ ਕੌਮ ਨੂੰ ਕੀਤਾ ਗਿਆ, ਹਰ ਬਸ਼ਿੰਦੇ ਨੂੰ ਕੀਤਾ ਗਿਆ। ਇੰਨਾ ਤਰਾਸ, ਇੰਨਾ ਡਰ ਲੋਕਾਂ ਦੇ ਮਨਾਂ ਵਿੱਚ ਬੈਠ ਗਿਆ ਕਿ ਉਹਨਾਂ ਨੇ ਆਪ ਆਪਣੇ ਬੱਚਿਆਂ ਦੇ ਸਿਰ ਮਨਾ ਤੇ ਵੀ ਇਹ ਜ਼ਿੰਦਾ ਰਹਿ ਜਾਣ। ਉਹਨਾਂ ਨੇ ਆਪ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਭੇਜਿਆ ਕਿ ਜੇ ਇੱਥੇ ਰਹੇ ਤਾਂ ਇੱਥੇ ਇਹਨਾਂ ਨੂੰ ਹਾਲਾਤ ਐਸੇ ਮਿਲਣਗੇ, ਸਰਕਾਰ ਇਹਨਾਂ ਨੂੰ ਮਾਰ ਦੇਵੇਗੀ। ਉਸ ਵੇਲੇ ਪ੍ਰਵਾਸ ਸ਼ੁਰੂ ਹੋਇਆ ਜ਼ਿਆਦਾ ਵੱਡੇ ਪੱਧਰ 'ਤੇ। ਉਸ ਤੋਂ ਬਾਅਦ ਜਦੋਂ ਸੰਘਰਸ਼ ਦਾ, ਹਥਿਆਰਬੰਦ ਸੰਘਰਸ਼ ਦਾ ਮਗਰਲਾ ਪੱਖ ਆਇਆ ਤਾਂ ਇੱਕਦਮ ਨਸ਼ਾ ਆ ਗਿਆ। ਉਹ ਨਸ਼ਾ ਆਪਣੇ ਆਪ ਨਹੀਂ ਆਉਂਦਾ, ਉਹਦੇ ਪਿੱਛੇ ਵੀ ਕੋਈ ਵੱਡਾ, ਕੋਈ ਅਣਦਿਸਦਾ ਅਤੇ ਸੋਚਿਆ ਸਮਝਿਆ ਔਰਗੇਨਾਈਜ਼ਡ ਕ੍ਰਿਮੀਨਲ ਮਾਇੰਡ ਕੰਮ ਕਰਦਾ ਹੈ। ਕਿਉਂਕਿ ਜਿਹੜੀ ਅਮੈਰੀਕਾ ਦੀ ਸੰਸਥਾ ਆ ਉਹ ਆਪਣੇ ਖੁਫੀਆ ਕੰਮ ਕਰਨ ਦੇ ਲਈ ਹਥਿਆਰ ਵੇਚ ਲੈਂਦੀ ਹੈ ਦੂਸਰਿਆਂ ਮੁਲਕਾਂ ਨੂੰ, ਉਹਦੇ ਤੋਂ ਉਹਨਾਂ ਦੇ ਕੋਲ ਫੰਡਸ ਆ ਜਾਂਦੇ ਆ ਜਿਹਦੇ ਨਾਲ ਉਹ ਆਪਣੇ ਸਾਰੇ ਖੁਫੀਆ ਕੰਮ ਜਿਹੜੇ ਆ ਉਹਨਾਂ ਨੂੰ ਅੰਜਾਮ ਦੇ ਸਕਦੀ। ਪਰ ਜਿਹੜੀ ਸਾਡੀ ਹਿੰਦੁਸਤਾਨ ਦੀ ਖੁਫੀਆ ਸੰਸਥਾਵਾਂ ਨੇ ਇਹਨਾਂ ਦੇ ਕੋਲ ਬਾਹਰ ਵੇਚਣ ਲਈ ਕੁਛ ਵਾਧਾ ਕੁਛ ਨਹੀਂ ਹੈ। ਫਿਰ ਇਹਨਾਂ ਨੇ ਆਪਣੇ ਫੰਡ ਜੁਟਾਉਣ ਦੇ ਲਈ ਸਾਧਨ ਲੱਭਣੇ ਆ, ਉਹਦੇ ਵਿੱਚੋਂ ਹੀ ਸਾਡੀਆਂ ਵਰਗੀਆਂ ਜਿਹੜੀਆਂ ਛੋਟੀਆਂ ਕੌਮਾਂ ਨੇ ਉਹਨਾਂ ਦੀ ਤਰਾਸਦੀ ਨਿਕਲਦੀ। ਤਾਂ ਪੇਚੀਦਗੀ ਜ਼ਿਆਦਾ ਵੱਡੀ ਹੈ ਪਰ ਉਹਦੇ ਮੁਕਾਬਲੇ ਦੀ ਸਾਡੀ ਤਿਆਰੀ ਬਹੁਤ ਘੱਟ ਹੈ। ਸੋ ਦੂਸਰਾ ਜਿਹੜਾ ਡਰ ਸੀਗਾ ਲੋਕਾਂ ਦੇ ਮਨ ਵਿੱਚ ਸੰਘਰਸ਼ ਤੋਂ ਬਾਅਦ, ਉਹ ਇਹ ਸੀ ਕਿ ਜੇ ਸਾਡੇ ਬੱਚੇ ਇੱਥੇ ਰਹੇ ਇਹਨਾਂ ਨੂੰ ਸਮੈਕ ਲੱਗ ਜਾਣੀ, ਇਹਨਾਂ ਨੂੰ ਚਿੱਟਾ ਲੱਗ ਜਾਣਾ। ਹੁਣ ਪਹਿਲਾਂ ਚਾਰ ਚਾਰ ਪੰਜ ਪੰਜ ਬੱਚੇ ਹੁੰਦੇ ਸੀ ਕਿ ਜੇ ਇੱਕ ਅੱਧਾ ਕੋਈ ਗਲਤ ਪਲਤ ਹੋ ਜਾਵੇ ਜਾਂ ਕਿਸੇ ਤਰ੍ਹਾਂ ਪਰਿਵਾਰ ਦੀ ਲੀਹ ਤੋਂ ਪਾਸੇ ਹੋ ਜਾਵੇ ਪਰਿਵਾਰ ਚੱਲਦਾ ਰਹਿੰਦਾ ਸੀ। ਹੁਣ ਇੱਕ ਬੱਚਾ ਹੈ ਅਤੇ ਉਸ ਕਰਕੇ ਮਾਇੰਡ ਦਾ ਸੈਟਅਪ ਇਹੋ ਜਿਹਾ ਕਿ ਬੰਦੇ ਦਾ ਸਾਰਾ ਜ਼ੋਰ ਬੱਚੇ ਦੁਆਲੇ ਲੱਗਿਆ ਹੋਇਆ, ਉਹ ਦੁਆਲੇ ਮਾਇੰਡ ਘੁੰਮੀ ਜਾਂਦਾ ਵੀ ਮੇਰਾ ਤਾਂ ਸਭ ਕੁਝ ਹੀ ਇਹ ਹੈ, ਮੇਰਾ ਤਾਂ ਇਤਿਹਾਸ ਵਿੱਚ ਨਾ ਹੀ ਇਹਦੇ ਨਾਲ ਰਹਿਣਾ ਹੈ।
ਮੇਰਾ ਤਾਂ ਕੁਨਵੇ ਦਾ ਨਾਸ ਹੋ ਜਾਣਾ, ਮੇਰਾ ਤਾਂ ਜੜ ਖਤਮ ਹੋ ਜਾਣੀ। ਤਾਂ ਬੰਦਾ ਬੱਚੇ ਬਾਰੇ ਸੋਚੀ ਜਾ ਰਿਹਾ, ਕਿਉਂਕਿ ਇੱਕੋ ਹੀ ਬੱਚਾ ਹੈ। ਉਸ ਚੀਜ਼, ਉਸ ਡਰ ਨੂੰ ਫਿਰ ਜਿਹੜਾ ਆ ਉਹ ਵੈਸਟ ਨੇ ਕੈਸ਼ ਕੀਤਾ, ਉਹਨਾਂ ਨੇ ਆਪਣੇ ਦਰਵਾਜ਼ੇ ਖੋਲ੍ਹੇ, ਪਰ ਖੋਲ੍ਹੇ ਵੀ ਇਸ ਤਰ੍ਹਾਂ ਕਿ ਉਹ ਨਿਚੋੜਦੇ ਨੇ ਸਾਨੂੰ। ਪਹਿਲਾਂ ਜਦੋਂ ਬੰਦੇ ਬਾਹਰ ਜਾਂਦੇ ਸੀਗੇ ਪੜ੍ਹਨ ਦੇ ਲਈ, ਉਹਨਾਂ ਨੂੰ ਕੌਮ ਆਪਣੇ ਕੋਲੋਂ ਵਜ਼ੀਫਾ ਦਿੰਦੀ ਸੀ। ਪਰ ਸਰ ਪੂਰਨ ਸਿੰਘ ਹੁਣਾਂ ਨੂੰ ਵਜ਼ੀਫੇ ਦੇ ਕੇ ਬਾਹਰ ਭੇਜਿਆ ਗਿਆ, ਜਾਂ ਫਿਰ ਜਿਹੜੇ ਸਰਦੇ ਪੁੱਜ ਦੇ ਘਰਾਂ ਵਾਲੇ ਸਨ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਸਨ। ਪਰ ਹੁਣ ਹਰੇਕ ਬੰਦਾ ਭੇਜ ਰਿਹਾ ਆ, ਜਿਹਦੇ ਕੋਲ ਨਹੀਂ ਪਹੁੰਚ ਹੈਗੀ ਉਹ ਜ਼ਮੀਨ ਵੇਚ ਰਿਹਾ ਆ, ਘਰ ਗਹਿਣੇ ਪਾ ਰਿਹਾ, ਹਰੇਕ ਤਰ੍ਹਾਂ ਨਾਲ ਇੱਥੋਂ ਦਾ ਜਿਹੜਾ ਸਰਮਾਇਆ ਆ ਉਹਨੂੰ ਪੱਛਮ ਵਿੱਚ ਭੇਜ ਰਿਹਾ ਹੈ। ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ, ਅਤੇ ਫਿਰ ਜਿਹੜਾ ਉਹ ਸਰਮਾਇਆ ਸਾਡੀਆਂ ਸੰਸਥਾਵਾਂ ਵਿੱਚ ਲੱਗਣਾ ਸੀਗਾ, ਫੀਸਾਂ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ, ਉਹ ਸੰਸਥਾਵਾਂ ਉਸ ਸਰਮਾਏ ਤੋਂ ਵਾਂਝੀਆਂ ਹੋ ਗਈਆਂ, ਅਤੇ ਉਹਨਾਂ ਦਾ ਜਿਹੜਾ ਕਹਿ ਲਓ ਕਿ ਆਰਥਿਕ ਨੁਕਸਾਨ ਉਹਨਾਂ ਸੰਸਥਾਵਾਂ ਦਾ ਹੋਇਆ, ਅਤੇ ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਹੋਇਆ, ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਸੋਝੀ ਨਹੀਂ ਹੋਈ ਕਿ ਅਸੀਂ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਕੋਰਸਿਸ ਡਿਵੈਲਪ ਕਰ ਸਕੀਏ, ਅਤੇ ਉਹਦਾ ਵੀ ਸਾਡੇ ਉਚੇਰੀ ਸਿੱਖਿਆ ਦੇ ਉੱਤੇ ਨੁਕਸਾਨ ਹੋਇਆ। ਇਹ ਗੱਲਾਂ ਆਪਸ ਵਿੱਚ ਅੰਤਰ ਸੰਬੰਧਿਤ ਨੇ ਅਤੇ ਇੱਕ ਦੂਜੇ ਦੇ ਉੱਤੇ ਨਿਰਭਰ ਕਰਦੀਆਂ ਨੇ, ਇਹਨਾਂ ਦੀ ਆਪਸੀ ਨਿਰਭਰਤਾ ਬਹੁਤ ਜ਼ਿਆਦਾ ਆ। ਸੋ ਇਹ ਸਭ ਚੀਜ਼ਾਂ ਨੂੰ ਜੋੜ ਕੇ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਹਾਲਾਤ ਦੀ ਸਮਝ ਠੀਕ ਹੋਏਗੀ। ਪ੍ਰਵਾਸ ਦੋ ਤਿੰਨ ਤਰ੍ਹਾਂ ਨਾਲ ਹੋ ਰਿਹਾ। ਮਹਾਰਾਜਾ ਦਲੀਪ ਸਿੰਘ ਤੋਂ ਇਹ ਗੱਲ ਸ਼ੁਰੂ ਹੋਈ, ਉਸ ਵੇਲੇ ਇਹ ਜਲਾਵਤਨੀ ਸੀ, ਉਸ ਤੋਂ ਬਾਅਦ ਇਹ ਹੋਈ ਚੋਇਸ ਦੇ ਤੌਰ 'ਤੇ, ਇੱਕ ਚੋਣ ਕੀਤੀ ਬੰਦਿਆਂ ਨੇ ਕਿ ਪੱਛਮ ਵਿੱਚ ਜਾਇਆ ਜਾਵੇ, ਉੱਥੋਂ ਦੀ ਰੌਸ਼ਨੀ ਦੇ ਨਾਲ ਜੁੜਿਆ ਜਾਵੇ, ਉੱਥੋਂ ਦੀ ਵਿੱਦਿਆ ਦੇ ਨਾਲ ਜੁੜਿਆ ਜਾਵੇ, ਪਰ ਵਾਪਸ ਆ ਕੇ ਇੱਥੇ ਸਰਵ ਕੀਤਾ ਜਾਏ। ਅਗਲੇ ਪੱਧਰ 'ਤੇ ਇਹ ਫਿਰ ਜਲਾਵਤਨੀ ਬਣੀ, ਜਦੋਂ ਇੱਥੋਂ ਸਾਡਾ ਸਾਹ ਘੁੱਟਿਆ ਗਿਆ, ਜਦੋਂ ਇੱਥੇ ਸਾਡੀ ਹੋਂਦ ਨੂੰ ਖਤਰਾ ਪੈਦਾ ਹੋਇਆ, ਤਾਂ ਅਸੀਂ ਫਿਰ ਪ੍ਰਵਾਸ ਦਾ ਰਾਹ ਚੁਣ ਲਿਆ। ਤਾਂ ਇਹ ਜਿਹੜੀ ਦੂਸਰੇ ਨੰਬਰ 'ਤੇ ਸਾਡੀ ਚੋਣ ਹੈ, ਇਹ ਪਹਿਲਾਂ ਨਾਲੋਂ ਬਹੁਤੀ ਵੱਖਰੀ ਨਹੀਂ। ਜੋ ਉਹ ਇਸੇ ਕਰਕੇ ਹੁਣ ਗੀਤ ਇਸ ਤਰ੍ਹਾਂ ਦੇ ਆ ਰਹੇ ਨੇ, ਇਸੇ ਕਰਕੇ ਦਲੀਪ ਸਿੰਘ ਵਾਰ ਵਾਰ ਉਹ ਸਾਹਿਤ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਾਂ ਉੱਥੇ ਉਹ ਆ ਰਿਹਾ, ਕਿਉਂਕਿ ਕਿਤੇ ਨਾ ਕਿਤੇ ਉਹ ਬੰਦੇ ਹੁਣ ਇਹਦੇ ਵਿੱਚੋਂ ਸਾਡੇ ਸਮਾਜਿਕ ਤੌਰ 'ਤੇ ਜਾਂ ਸ਼ਖਸੀਅਤ ਦੇ ਤੌਰ 'ਤੇ ਬੜੇ ਵੱਡੇ ਸੰਕਟ ਨਿਕਲ ਰਹੇ ਨੇ। ਜਿਹੜਾ ਪ੍ਰਵਾਸੀ ਬੰਦਾ ਆ ਉਹ ਆਪਣੀ ਭਾਸ਼ਾ, ਆਪਣਾ ਸੱਭਿਆਚਾਰ ਉਹ ਛੱਡ ਕੇ ਜਾਂਦਾ ਹੈ, ਜਦੋਂ ਦੂਸਰਾ ਸੱਭਿਆਚਾਰ ਦੂਸਰੀ ਭਾਸ਼ਾ ਉੱਤੇ ਗਲਬਾ ਪਾਉਂਦੀ ਹੈ, ਤਾਂ ਫਿਰ ਉਹਦੇ ਅੰਦਰੋਂ ਸਵੈ ਪਛਾਣ ਦੇ ਜਿਹੜੇ ਆ ਉਹ ਤੰਦਾਂ ਜਾਗਦੀਆਂ ਨੇ, ਸਵੈ ਪਛਾਣ ਉਹਦੀ ਜਾਗਦੀ ਹੈ, ਉਹ ਉਸ ਸੰਘਰਸ਼ ਦੇ ਵਿੱਚ, ਉਸ ਦਵੰਦ ਦੇ ਵਿੱਚ ਪੈਂਦਾ ਹੈ, ਉੱਥੋਂ ਉਹਦੇ ਲਈ ਨਵੇਂ ਤਰ੍ਹਾਂ ਦੇ ਸੰਕਟ ਸ਼ੁਰੂ ਹੋ ਜਾਂਦੇ। ਇਹ ਵੀ ਸਾਨੂੰ ਇੱਕ ਕੌਮੀ ਤੌਰ 'ਤੇ, ਪੰਥਕ ਤੌਰ 'ਤੇ ਘੱਟ ਆਇਆ। ਤਾਂ ਹੁਣ ਜਦੋਂ ਅਸੀਂ ਇਸ ਚੀਜ਼ ਦੇ ਮੱਦੇਨਜ਼ਰ ਇਹ ਸਾਰੀ ਹਾਲਾਤ ਦੀਆਂ ਸਮੱਸਿਆਵਾਂ, ਇਹਦੇ ਲੱਛਣ ਉਹ ਸਾਰੇ ਦੇਖ ਰਹੇ ਹਾਂ, ਅਤੇ ਸਾਨੂੰ ਜਿਹੜੀ ਇੱਕ ਤੀਸਰੀ ਚੀਜ਼ ਹੈ ਕਿ ਇਹਦੇ ਸੰਭਾਵੀ ਹੱਲ ਕੀ ਨੇ, ਤਾਂ ਉਹ ਸੰਭਾਵੀ ਹੱਲ ਜਿਹੜੇ ਨੇ ਉਹ ਵੀ ਇਸ ਸਮੱਸਿਆ ਵਾਲੀਆਂ ਜਿਹੜੀਆਂ ਅਲਾਮਤਾਂ ਨੇ ਉਹੀ ਰੱਖਦੇ ਨੇ। ਤਾਂ ਪਹਿਲੀ ਗੱਲ ਤਾਂ ਸਾਡੀ ਜਿਹੜੀ ਇੱਥੋਂ ਦੀ ਰਾਜਨੀਤਿਕ ਜਮਾਤ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੀ ਹੋਵੇ, ਉਹਨਾਂ ਦਾ ਪੰਜਾਬ ਨੂੰ ਲੈ ਕੇ ਆਰਥਿਕ ਤੌਰ 'ਤੇ ਕੀ ਮਾਡਲ ਹੈ ਉਹ ਸਪਸ਼ਟ ਕਰਨਾ ਪਵੇਗਾ ਉਹਨਾਂ ਨੂੰ। ਜਿਵੇਂ ਅਮਰੀਕਾ ਦੇ ਵਿੱਚ ਹਰੇਕ ਇਲੈਕਸ਼ਨ ਨਾਲ ਸੰਬੰਧਿਤ ਕੈਂਡੀਡੇਟ ਜਿਹੜਾ ਆ ਉਹ ਆਪਣੀਆਂ ਪੋਲਿਸੀਜ਼ ਲੋਕਾਂ ਦੇ ਸਾਹਮਣੇ ਰੱਖਦਾ ਹੈ ਕਿ ਇਹਨਾਂ ਆਧਾਰਾਂ ਦੇ ਉੱਤੇ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਦੁਬਾਰਾ ਖੜ੍ਹੇ ਕਰਾਂਗੇ। ਹੁਣ ਸਾਡਾ ਸਾਰੀਆਂ ਪਾਰਟੀਆਂ ਦਾ ਇੱਕੋ ਤਰ੍ਹਾਂ ਦਾ ਹੀ ਰੁਝਾਨ ਰਿਹਾ ਆ ਕਿ ਕਰਜ਼ਾ ਚੁੱਕੋ ਅਤੇ ਤਨਖਾਹਾਂ ਦਿਓ, ਗਰਾਂਟਾਂ ਦਿਓ ਪੰਚਾਇਤਾਂ ਨੂੰ, ਅਤੇ ਉਹਦੇ ਨਾਲ ਆਪਣਾ ਰਾਜਨੀਤਿਕ
ਬਾਹੂਬਲ ਜਿਹੜਾ ਉਹਨੂੰ ਬਣਾ ਕੇ ਰੱਖੋ। ਉਹ ਕਰਜ਼ਾ ਅਲਟੀਮੇਟਲੀ ਪੈ ਕੇ ਤੇ ਰਿਹਾ, ਉਹ ਫਿਰ ਸਾਡੇ 'ਤੇ ਪੈ ਰਿਹਾ। ਤਾਂ ਜਦੋਂ ਤੱਕ ਇਹ ਸਵਾਲ ਜਿਹੜਾ ਆ ਉਹ ਸਾਡੇ ਲੋਕਾਂ ਵੱਲੋਂ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਉਹਨਾਂ ਨੇ ਬਣਨਾ ਹੈ ਉਹਨਾਂ ਵੱਲੋਂ ਨਹੀਂ ਪੁੱਛਿਆ ਜਾਏਗਾ, ਰਾਜਨੀਤਿਕ ਲੋਕ ਸਿੱਧੇ ਰਾਹ 'ਤੇ ਨਹੀਂ ਆਉਣਗੇ ਜਦ ਤੱਕ ਉਹਨਾਂ ਦੇ ਕੋਲ ਮਾਡਲ ਹੀ ਕੋਈ ਨਹੀਂ ਕਿ ਜੇ ਸਾਡੀਆਂ ਸੰਸਥਾਵਾਂ ਵਰਤਮਾਨ ਸਮੇਂ ਦੇ ਮੁਤਾਬਕ ਬੰਦੇ ਪੈਦਾ ਵੀ ਕਰ ਦੇਣ। ਹਾਲਾਂ ਤਾਂ ਆਪਾਂ ਬਹੁਤ ਪਿੱਛੇ ਹਾਂ, ਅਤੇ ਜਦੋਂ ਉਹਨਾਂ ਨੇ ਪੈਦਾ ਕਰ ਵੀ ਦਿੱਤੇ ਉਹਨਾਂ ਨੂੰ ਨੌਕਰੀਆਂ ਕਿੱਥੇ ਮਿਲਣਗੀਆਂ, ਉਹ ਖਪਤ ਕਿੱਥੇ ਹੋਏਗੀ ਉਹਨਾਂ ਬੰਦਿਆਂ ਦੀ। ਜਦੋਂ ਕਿ ਪਹਿਲੇ ਬੰਦੇ ਧਰਨੇ ਲਾ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਇੱਕ ਛੋਟਾ ਜਿਹਾ ਕੋਰਸ ਹੈ BED, ਇਸ ਤੋਂ ਅੱਗੇ ਸਾਰੇ ਵੱਡੇ ਹੀ ਕੋਰਸ ਨੇ, ਉੱਥੋਂ ਲੈ ਕੇ ਉੱਪਰ ਤੱਕ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਕਰ ਲੈਣ ਵਾਲੇ ਬੰਦੇ ਇਸ ਤਰ੍ਹਾਂ ਨਹੀਂ ਸੋਚਦੇ ਕਿ ਜਦੋਂ ਸਾਡੀ ਪੜ੍ਹਾਈ ਮੁਕੰਮਲ ਹੋ ਜਾਏਗੀ ਤਾਂ ਸਾਨੂੰ ਇੱਕ ਜੌਬ ਮਿਲ ਜਾਏਗੀ, ਇੱਕ ਇੱਜ਼ਤ, ਇੱਕ ਰਸੂਖ ਉਸ ਪੜ੍ਹਾਈ ਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਸਤਿਕਾਰਯੋਗ ਸਥਾਨ ਹੁੰਦਾ ਆ ਸਮਾਜ ਦੇ ਵਿੱਚ, ਉਹ ਲੈਣ ਲਈ ਇਹਨਾਂ ਬੰਦਿਆਂ ਨੂੰ ਸੰਘਰਸ਼ ਕਰਨਾ ਪੈਂਦਾ। ਇਹ ਜ਼ਿੰਮੇਵਾਰੀ ਕਿਸ ਦੀ ਸੀ? ਉਹਨਾਂ ਲੋਕਾਂ ਦੀ ਸੀ ਜਿਹੜੇ ਸੱਤਾ ਦੇ ਉੱਤੇ ਕਾਬਜ਼ ਹੁੰਦੇ ਨੇ, ਜਿਹੜੇ ਆਰਥਿਕ ਤੌਰ 'ਤੇ ਕਾਬਜ਼ ਨੇ ਜਾਂ ਉਹਨਾਂ ਚੀਜ਼ਾਂ ਨੀਤੀਆਂ ਨੂੰ ਘੜਨ ਵਾਲੇ ਨੇ। ਦੂਸਰੇ ਨੰਬਰ 'ਤੇ ਉਹਨਾਂ ਦੀ ਤਾਂ ਹੈਗੀ ਨੈਤਿਕ ਜ਼ਿੰਮੇਵਾਰੀ, ਦੂਸਰੇ ਨੰਬਰ 'ਤੇ ਜ਼ਿੰਮੇਵਾਰੀ ਸੀਗੀ ਯੂਨੀਵਰਸਿਟੀਜ਼ ਦੇ ਵਿੱਚ ਬੈਠੇ ਹੋਏ ਪੜ੍ਹਨ ਲਿਖਣ ਵਾਲੇ ਪ੍ਰੋਫੈਸਰ ਸਾਹਿਬਾਨ ਦੀ, ਰਿਸਰਚਰਸ ਦੀ, ਉਹ ਇਹਦੇ ਬਾਰੇ ਗੱਲ ਕਰਦੇ, ਇਹਦੇ ਬਾਰੇ ਕੋਈ ਫੋਰਮ ਬਣਾਉਂਦੇ, ਇਹਦੇ ਬਾਰੇ ਮਜਬੂਰ ਕਰਦੇ ਲੋਕਾਂ ਦੇ ਵਿੱਚ ਇਹ ਗੱਲ ਦਾ ਕੋਈ ਮੂੰਹ ਸਿਰ ਜਾਂਦਾ। ਹੁਣ ਜਿਹੜੀ ਕੌਮ ਦਾ ਜਾਂ ਜਿਹੜੇ ਵੀ ਸਮੂਹ ਦਾ ਬਹੁ ਗਿਣਤੀ ਤਬਕਾ ਪਲੱਸ ਟੂ ਪੱਧਰ ਦਾ ਰਹਿ ਗਿਆ, ਉਸ ਉਹਦਾ ਆਉਣ ਵਾਲਾ ਸਮਾਂ ਜਿਹੜਾ ਆ ਉਹ ਜਿਹੜੀਆਂ ਗੈਰ ਗੰਭੀਰ ਫਿਲੋਸੋਫੀਕਲ ਸਮੱਸਿਆਵਾਂ ਨੇ ਉਹਦੇ ਨਾਲ ਨਜਿੱਠਣ ਦੇ ਕਾਬਿਲ ਨਹੀਂ ਰਹੇਗਾ। ਜਿਹੜੀਆਂ ਰਾਜਨੀਤੀ ਦੇ ਵਿੱਚ ਚੱਲਣ ਵਾਲੀਆਂ ਡੂੰਘੀਆਂ ਸਾਜਿਸ਼ਾਂ ਆ ਉਹ ਕਦੀ ਵੀ ਸਮਝ ਵਿੱਚ ਨਹੀਂ ਆਉਣਗੀਆਂ। ਅਤੇ ਜਿਵੇਂ ਅਫਰੀਕਨ ਅਤੇ ਹੋਰ ਭੋਲੇ ਭਾਲੇ ਲੋਕ ਨੇ ਉਹ ਗੁਲਾਮੀ ਭੋਗਦੇ ਨੇ ਅਤੇ ਉਜਰ ਨਹੀਂ ਕਰਦੇ, ਜਿਵੇਂ ਦਲਿਤ ਦੇ ਨਾਲ ਇੱਥੋਂ ਦੇ ਬ੍ਰਾਹਮਣ ਨੇ ਕੀਤਾ ਸਦੀਆਂ ਤੋਂ, ਉਹ ਫਿਰ ਸਾਡੇ ਨਾਲ ਹੋਣ ਜਾ ਰਿਹਾ ਸਾਰਿਆਂ ਦੇ ਨਾਲ। ਅਤੇ ਉਹਦਾ ਕੋਈ ਹੱਲ ਨਹੀਂ, ਕੋਈ ਤੋੜ ਨਹੀਂ ਸਾਡੇ ਕੋਲ ਹੋਏਗਾ ਜੇਕਰ ਇਹ ਦੋ ਧਿਰਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ। ਉਸ ਤੋਂ ਬਾਅਦ ਫਿਰ ਧਾਰਮਿਕ ਅਤੇ ਹੋਰ ਬੰਦਿਆਂ ਦੀ ਜ਼ਿੰਮੇਵਾਰੀ ਆਉਂਦੀ ਹੈ। ਇਹਨਾਂ ਦੋਵਾਂ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਉਤਰਨਾ ਪਏਗਾ। ਪਰ ਹੁਣ ਮੈਂ ਤੁਹਾਨੂੰ ਇਹ ਗੱਲ ਇੱਥੇ ਕਹਿੰਦਾ ਸਾਰਿਆਂ ਦੇ ਸਾਹਮਣੇ ਕਿ ਸਾਡੇ ਬੰਦਿਆਂ ਨੂੰ ਸਮਝ ਸਾਰੀ ਹੁੰਦੀ ਹੈ, ਉਹ ਕਰਦਾ ਬਈ, ਪਰ ਬੋਲਦੇ ਉਹਦਾ ਨੇ ਜਦੋਂ ਰਿਟਾਇਰ ਹੋ ਜਾਂਦੇ। ਉਹ ਜ਼ਰੂਰਤ ਅਤੇ ਉਹ ਗੈਰਤ ਮਾਰ ਦਿੰਦੀ ਹੈ ਜਿਹੜੀ ਵੀ ਅਥਾਰਟੀ ਉਹਨਾਂ ਨੂੰ ਜੌਬ ਦਿੰਦੀ ਹੈ। ਉਹ ਬੰਦੇ ਸੰਘਰਸ਼ ਕਰਦੇ ਨੇ ਪੈਨਸ਼ਨ ਲੈਣ ਲਈ ਜਾਂ ਹੋਰ ਚੀਜ਼ਾਂ ਲਈ ਸੰਘਰਸ਼ ਕਰਦੇ ਨੇ, ਪਰ ਇਹਨਾਂ ਗੱਲਾਂ ਲਈ ਨਹੀਂ ਕਰਦੇ। ਜਦ ਤੱਕ ਅਸੀਂ ਇਹਨਾਂ ਗੱਲਾਂ ਲਈ ਲੱਕ ਨਹੀਂ ਬੰਨਾਂਗੇ, ਕਮਰ ਕੱਸਾ ਨਹੀਂ ਕਰਾਂਗੇ, ਕੋਈ ਹੱਲ ਨਹੀਂ ਹੋਣਾ। ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਜਾਂ ਤਾਰੀਫਾਂ ਕਰਨੀਆਂ ਵੀ ਹਾਂ ਜੀ ਇਹ ਵਧੀਆ ਪ੍ਰਬੰਧ ਹੋ ਰਿਹਾ, ਵਧੀਆ ਸਾਰਾ ਕੁਛ ਹੋ ਰਿਹਾ, ਸਾਡੀ ਸੰਸਥਾ ਬਹੁਤ ਵਧੀਆ ਕਰ ਰਹੀਆਂ ਨੇ, ਉਹ ਕਰਨੀਆਂ ਪੈਂਦੀਆਂ ਕਈ ਵਾਰੀ ਜੌਬਸ ਦੇ ਵਿੱਚ ਬਣੇ ਰਹਿਣ ਲਈ। ਪਰ ਕਦੇ ਕਦੇ ਸੱਚ ਬੋਲਣ, ਜਿਵੇਂ ਇਹ ਸੱਚ ਬੋਲਿਆ ਉਹ ਸਾਡਾ ਇਕੱਲਾ ਦਾ ਭਲਾ ਨਹੀਂ ਕਰਦਾ, ਉਹ ਪੀੜ੍ਹੀਆਂ ਤੱਕ ਭਲਾ ਕਰਦਾ ਹੈ। ਸੱਚ ਪੁਰਾਣਾ ਹੋਵੇ ਨਾ, ਸੱਚ ਨੇ ਕਦੀ ਪੁਰਾਣਾ ਨਹੀਂ ਹੋਣਾ। ਤਾਂ ਸਾਡੇ ਬੰਦਿਆਂ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਜਿਹੜੀ ਗੈਰ ਗੰਭੀਰ ਫਿਲੋਸਫੀ ਹੈ, ਤੁਸੀਂ ਹੋਰ ਦੇਖੋ, ਸਰਵੇ ਦੇਖੋ, ਪੰਜਾਬ ਦੀ ਜਿਹੜੀ ਐਫੀਸ਼ੈਂਸੀ ਹੈ ਜਾਂ
ਪ੍ਰਵੀਨਤਾ ਹੁੰਦੀ ਹੈ ਕਿਸੇ ਕੰਮ ਨੂੰ ਕਰਨ ਦੀ, ਪ੍ਰਵੀਨਤਾ ਜਾਂ ਕਾਰਜ ਕੁਸ਼ਲਤਾ ਹੁੰਦੀ ਹੈ, ਜਿਹੜੇ ਇਹ ਤਕਨੀਕੀ ਸ਼ਬਦ ਨੇ, ਇਹ ਮੈਨੂੰ ਸਵੇਰੇ ਭਾਜੀ ਗੁਰਬੀਰ ਬਰਾੜ ਮੇਰੇ ਨਾਲ ਆ ਰਹੇ ਸੀ ਅਤੇ ਉਹ ਮੈਨੂੰ ਦੱਸ ਰਹੇ ਸੀ ਵੀ ਉਹ 'ਚ ਉਹਦਾ ਜਦੋਂ ਗ੍ਰੇਡਿੰਗ ਕੀਤੀ ਗਈ ਤਾਂ ਪੰਜਾਬ 18ਵੇਂ ਨੰਬਰ 'ਤੇ ਆ ਹਿੰਦੁਸਤਾਨ 'ਚ। ਜਦੋਂ ਅਸੀਂ ਕੋਈ ਪ੍ਰੋਜੈਕਟ ਬਣਾਉਂਦੇ ਹਾਂ, ਸਾਡੇ ਪ੍ਰੋਜੈਕਟ ਫੇਲ ਕਿਉਂ ਹੁੰਦੇ ਆ? ਐਫੀਸ਼ੈਂਸੀ ਨਹੀਂ ਹੈਗੀ। ਨਿੱਕੇ ਨਿੱਕੇ ਪ੍ਰੋਜੈਕਟ, ਐਜੂਕੇਸ਼ਨ 'ਚ ਰਿਸਰਚ ਪ੍ਰੋਜੈਕਟ ਹੁੰਦੇ, ਯੂ ਜੀ ਸੀ ਨੂੰ ਭੇਜੇ ਜਾਂਦੇ, ਮੰਨਦੀ ਨਹੀਂ ਯੂ ਜੀ ਸੀ, ਕਿਉਂ ਨਹੀਂ ਮੰਨਦੀ? ਕਿਉਂਕਿ ਐਫੀਸ਼ੈਂਸੀ ਨਹੀਂ ਹੈਗੀ ਉਸ ਕੰਮ ਨੂੰ ਕਰਨ ਦੀ। ਨੈਕ ਦੀ ਗ੍ਰੇਡਿੰਗ ਹੁੰਦੀ ਹੈ ਅਤੇ ਉਹਦੇ 'ਚ ਸਾਡੇ ਥੱਲੇ ਆ ਜਾਂਦਾ ਗ੍ਰੇਡ, ਕਿਉਂ ਆ ਜਾਂਦਾ? ਕਿਉਂਕਿ ਐਫੀਸ਼ੈਂਸੀ ਨਹੀਂ ਆਈ ਕੰਮ ਨੂੰ ਕਰਨ ਦੀ। ਤਾਂ ਪੰਜਾਬ ਆਪਣੀ ਕੁਸ਼ਲਤਾ ਗਵਾ ਰਿਹਾ ਆ। ਪੰਜਾਬ ਜਿਹੜਾ ਇੰਨਾ ਊਰਜਾ ਨਾਲ ਭਰਿਆ ਹੋਇਆ ਸਥਾਨ ਸੀ, ਮਹਾਰਾਜਾ ਰਣਜੀਤ ਸਿੰਘ ਨੇ ਫੌਜ ਦੇ ਦਰਵਾਜ਼ੇ ਖੋਲ੍ਹੇ, ਉਹਦੀ ਫੌਜ ਦੁਨੀਆ ਦੀ ਕਾਬਲ ਤਰੀਨ ਫੌਜ ਸੀ, ਬਿਹਤਰੀਨ ਫੌਜ ਸੀ, ਏਡੀ ਜ਼ਬਰਦਸਤ ਫੌਜ ਸੀ ਕਿ ਨੈਪੋਲੀਅਨ ਬੋਨਾਪਾਰਟ ਦੀ ਫੌਜ ਨੂੰ ਛੱਡ ਕੇ, ਜਿਹੜਾ ਪ੍ਰਾਈਡ ਆਫ ਵੈਸਟ ਹੈ, ਜੇ ਫਰਾਂਸੀਸੀ ਕੌਮ ਨੇ ਆਪਣੇ ਆਪ ਨੂੰ ਦੱਸਣਾ ਹੋਵੇ, ਯੋਧਿਆਂ ਦੀ ਗਿਣਤੀ ਵਿੱਚ ਲੈ ਕੇ ਆਉਣਾ ਹੋਵੇ, ਤਾਂ ਨੈਪੋਲੀਅਨ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ। ਇੱਕੋ ਹੀ ਬੰਦਾ ਉਹਨਾਂ ਜਿਹਨੂੰ ਦਿਖਾ ਸਕਦੇ ਹੋ ਕਿਸੇ ਨੂੰ, ਵੀ ਸਾਡੇ ਕੋਲ ਵੀ ਯੋਧਾ ਹੋਇਆ, ਉਹਨੂੰ ਛੱਡ ਕੇ ਲੋਕ ਮਹਾਰਾਜਾ ਸਾਹਿਬ ਦੀ ਫੌਜ 'ਚ ਭਰਤੀ ਹੋਏ, ਕੋਈ ਗੱਲ ਸੀ? ਇੰਨੀ ਊਰਜਾ, ਉਹਦੀ ਫੌਜ ਨੂੰ ਅੰਗਰੇਜ਼ਾਂ ਨੇ ਡਿਸਮੈਂਟਲ ਕੀਤਾ, ਅੰਗਰੇਜ਼ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਰਵਾਜ਼ਾ ਖੋਲ੍ਹਿਆ, ਅੱਧੀ ਫੌਜ ਸਾਡੇ ਨਾਲ ਭਰੀ ਹੋਈ ਸੀ, ਅੱਧੀ ਫੌਜ। ਦੋਵੇਂ ਵਰਲਡ ਵਾਰ ਦੇ ਵਿੱਚ ਦੇਖੋ ਆਪਣਾ ਕੰਟਰੀਬਿਊਸ਼ਨ ਕਿੰਨਾ, ਹਰੇਕ ਮੁਲਕ ਨੇ ਤੁਹਾਨੂੰ ਸਤਿਕਾਰ ਦਿੱਤਾ ਵੀ ਹਾਂ ਵੀ ਇਹ ਸਾਡੇ ਵਾਸਤੇ ਲੜੇ। ਫਰਾਂਸ ਵਰਗੇ ਮੁਲਕ ਵੀ ਤੁਹਾਨੂੰ ਸਤਿਕਾਰ ਦਿੰਦੇ ਨੇ, ਇਟਲੀ ਵਰਗੇ, ਬ੍ਰਿਟਿਸ਼ਰ ਨੇ ਦੇਣਾ ਹੀ ਦੇਣਾ। ਇੰਨੀ ਊਰਜਾ ਸੀ ਕਿ ਜੇ ਟਾਟਾ ਨੇ ਸਟੀਲ ਫੈਕਟਰੀ ਲਾਈ, ਪੁੱਛੋ ਜਾ ਕੇ ਰਤਨ ਟਾਟਾ ਜੀ ਦਾ, ਉਹਨੂੰ ਪੁੱਛੋ ਕਿੰਨੇ ਚਲਾਈਆਂ ਤੁਹਾਡੀਆਂ ਭੱਠੀਆਂ, ਜਦੋਂ ਸਾਰੀ ਚੌਲ ਖਾਣੀ ਹਿੰਦੁਸਤਾਨੀ ਜਮਾਤ ਭੱਠੀਆਂ ਦੇ ਕੇ ਖੜ੍ਹੇ ਹੋਣ, ਜਵਾਬ ਦੇ ਗਈ ਸੀ ਵੀ ਨਹੀਂ ਖੜ੍ਹੇ ਹੋਣਾ, ਪੰਜਾਬੀਆਂ ਦੇ ਅੱਗੇ ਖੜ੍ਹੇ ਹੋਏ, ਉਹ ਭੱਠੀਆਂ ਇਹਨਾਂ ਨੇ ਚਲਾਈਆਂ ਜਾ ਕੇ। ਇੰਨੀ ਊਰਜਾ, ਹਿੰਦੁਸਤਾਨ ਦੀ ਟਰਾਂਸਪੋਰਟ 'ਚ ਮਨੋਪਲੀ ਸੀ ਸਾਡੀ, 84 ਤੋਂ ਬਾਅਦ ਤੋੜੀ ਹੈ ਇਹਨਾਂ ਨੇ, ਟਰਾਂਸਪੋਰਟ ਦੀ ਮਾਲਕੀ 'ਚੋਂ ਸਾਡੀ ਮਨੋਪਲੀ ਤੋੜੀ ਹੈ, ਡਰਾਈਵਿੰਗ ਤੋਂ ਸਾਡੀ ਮਨੋਪਲੀ ਤੋੜੀ ਹੈ। ਕਿਉਂਕਿ ਜੇ ਅਮਰੀਕਾ ਕਹਿੰਦਾ ਨਾ ਟਰੱਕ ਸਟੋਪਸ ਅਮਰੀਕਾ ਸਟੋਪਸ, ਇਫ ਟਰੱਕ ਸਟੋਪਸ ਆਸਟ੍ਰੇਲੀਆ ਸਟੋਪਸ, ਇੱਥੇ ਵੀ ਸੀਗਾ ਇਫ ਟਰੱਕ ਸਟੋਪਸ ਇੰਡੀਆ ਸਟੋਪਸ। ਆਪਾਂ ਕੀਤਾ ਨਹੀਂ ਕਦੀ, ਪਰ ਉਹ ਡਰਦੇ ਸੀ ਵੀ ਇੱਕ ਦਿਨ ਇਹ ਕਰਨਗੇ, ਜਿਵੇਂ ਤੁਸੀਂ ਕਿਸਾਨ ਐਜੂਕੇਸ਼ਨ ਕੀਤਾ, ਜੇ ਤੁਸੀਂ ਸਾਰੇ ਟਰੱਕਾਂ ਦੇ ਤੁਸੀਂ ਮਾਲਕ ਹੋਵੋ, ਸਾਰੇ ਟਰੱਕ ਤੁਸੀਂ ਚਲਾਉਂਦੇ ਹੋ, ਤੁਸੀਂ ਇੱਕ ਦਿਨ ਲਈ ਟਰੱਕ ਰੋਕ ਦਿਓ, ਹਿੰਦੁਸਤਾਨ ਦੀਆਂ ਚੀਕਾਂ ਨਿਕਲ ਜਾਣਗੀਆਂ, ਉਹਨਾਂ ਨੇ ਤੁਹਾਡੀ ਮਰੱਪਰੀ ਨੂੰ ਤੋੜਿਆ। ਅਤੇ ਜੋ ਇਹ ਇੰਨਾ ਐਨਰਜੈਟਿਕ ਇਲਾਕਾ ਹੋਵੇ, ਹਿੰਦੁਸਤਾਨ ਭੁੱਖ ਨਾਲ ਮਰਿਆ ਅਤੇ ਅਸੀਂ ਇਹਦੇ ਲਈ ਅਨਾਜ ਦੀ ਟੋਕਰੀ ਬਣ ਗਏ, ਇੰਨੀ ਐਨਰਜੀ ਸੁੱਟ ਦਿੰਦੇ ਅਸੀਂ ਕਿਸੇ ਚੀਜ਼ ਦੇ ਵਿੱਚ ਜਦੋਂ ਮੌਕਾ ਮਿਲਦਾ, ਅਤੇ ਅੱਜ ਸਾਡੇ ਨਾਲ ਇਹ ਹੋ ਰਿਹਾ। ਅੱਜ ਸਾਡੇ ਬੱਚੇ ਉੱਥੇ ਜਾ ਕੇ ਕਰ ਕੀ ਰਹੇ ਨੇ, ਪੀਜ਼ਾ ਡਿਲੀਵਰੀ, ਐਫੀਐਸਸੀ ਲੈਵਲ ਵੇਖੋ ਕਿਤੇ ਚਲਾ ਗਿਆ। ਜੋ ਹਿੰਦੁਸਤਾਨ ਦੀ ਪੋਲਿਸੀ ਹੈ ਉਹ ਪਹਿਲਾਂ ਵੀ ਮਾੜੀ ਸੀਗੀ, ਉਹ ਹੁਣ ਵੀ ਮਾੜੀ ਹੈ, ਉਹ ਗਾਂਹ ਵੀ ਮਾੜੀ ਰਹਿਣੀ ਹੈ। ਟਰੂਡੋ ਦੇ ਇੱਕ ਬਿਆਨ 'ਤੇ ਬੜਾ ਭੁੜਕਣ ਦੀ ਵੀ ਲੋੜ ਨਹੀਂ ਸੀ, ਉਹਦੇ 'ਚ ਸਾਨੂੰ ਕੁਝ ਵੀ ਨਹੀਂ ਮਿਲਣਾ ਮੇਰੇ ਹਿਸਾਬ ਨਾਲ, ਉਹਨਾਂ ਦੀਆਂ ਆਪਣੀਆਂ ਪੋਲਿਸੀਜ਼ ਨੇ, ਜੋ ਹੋਣਾ ਮਕਬੂਜ਼ਾ ਕਸ਼ਮੀਰ ਦੇ ਹਿਸਾਬ ਨਾਲ ਹੋਣਾ ਹੈ, ਫਿਊਚਰ ਉੱਧਰ ਇਸ਼ਾਰੇ ਕਰ ਰਿਹਾ ਹੈ। ਉਹ ਸੀਪੈਕ ਨੂੰ ਰੋਕਣ ਦੀਆਂ ਸਾਰੀਆਂ ਚੀਜ਼ਾਂ ਨੇ, ਸਾਡੇ ਬੰਦਿਆਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਲੱਗ ਰਹੀ, ਉਹ ਮਾਇੰਡ ਨਹੀਂ ਹੈਗਾ ਜਿਹੜਾ ਇਹਨਾਂ ਚੀਜ਼ਾਂ ਨੂੰ ਪਹਿਲਾਂ ਅਬਜ਼ੋਰਵ ਕਰੇ, ਫਿਰ ਇਹਦੇ ਉੱਤੇ ਚਿੰਤਨ ਮੰਥਨ ਕਰੇ, ਫਿਰ ਇਹਦੇ 'ਚੋਂ ਆਪਣੇ ਲਈ ਕੋਈ ਰਾਹ ਪੈਦਾ ਕਰੇ। ਉਹ ਪੈਦਾ ਕਿੱਥੋਂ ਹੋਣਾ ਹੈ ਜਦੋਂ ਐਵਰੇਜ ਮਾਇੰਡ ਸਾਡਾ ਪਲੱਸ ਟੂ ਰਹਿ ਗਿਆ? ਅੱਜ ਜੋ ਲੱਛਣ ਦਿਸ ਰਹੇ ਨੇ ਇਹਨਾਂ ਵਧਣਾ ਆ,
ਇਹ ਵੱਧਦੇ ਹੋਏ ਹੋਰ ਬਦਤਰ ਹੋਣਗੇ। ਤਾਂ ਜੇ ਅਸੀਂ ਚਾਹੁੰਦੇ ਹਾਂ ਇਹਨਾਂ ਦਾ ਸੰਭਾਵੀ ਹੱਲ, ਤਾਂ ਪਹਿਲੇ ਨੰਬਰ 'ਤੇ ਉਹ ਪੋਲਿਸੀ ਬਣਾਉਣੀ ਪਏਗੀ, ਜੇ ਸਾਡੇ ਕੁਛ ਬੱਚੇ ਰੋਲ ਖੁੱਲ੍ਹ ਕੇ ਕਿਸੇ ਵੀ ਤਰੀਕੇ ਨਾਲ ਉਚੇਰੀ ਸਿੱਖਿਆ ਵਿੱਚ ਅੱਗੇ ਵੱਧ ਜਾਂਦੇ ਨੇ, ਤਾਂ ਉਹ ਜੋਬਸ ਕਿੱਥੇ ਪ੍ਰਾਪਤ ਕਰਨ। ਹਿੰਦੁਸਤਾਨ ਨੇ IT ਸੈਕਟਰ ਖੋਲ੍ਹਿਆ, ਸਿਲੀਕੋਨ ਵੈਲੀ ਉਹਨਾਂ ਨੇ ਬੰਗਲੌਰ 'ਚ ਬਣਾਈ, ਉਹਨਾਂ ਨੇ ਗੁੜਗਾਉਂ 'ਚ ਬਣਾਈ। ਉੱਥੇ ਤੁਸੀਂ ਜਾ ਕੇ ਗਿਣਤੀ ਕੱਢ ਕੇ ਵੇਖੋ ਸਾਡੇ ਬੰਦੇ ਕਿੰਨੇ ਕੰਮ ਕਰਦੇ ਨੇ, ਮੈਕਸੀਮਮ ਸਾਡੇ ਬੰਦੇ ਨੇ। ਬੈਂਗਲੌਰ ਦੇ ਵਿੱਚ ਜਿਹੜਾ ਇਹ ਸਾਰਾ IT ਸੈਕਟਰ ਹੈ ਉਹਦੇ ਵਿੱਚ ਜਿਹੜੀ, ਤਾਂ ਇਹਦੇ ਵਿੱਚ ਪੋਲਿਸੀਜ਼ ਫਿਰ ਇਸ ਤਰ੍ਹਾਂ ਬਣਦੀਆਂ ਨੇ ਕਿ ਅਸੀਂ ਕਦੇ ਵੀ ਉੱਪਰਲੀਆਂ ਪੋਸਟਾਂ 'ਤੇ ਨਹੀਂ ਆਉਂਦੇ, ਅਸੀਂ ਉਹਦੇ ਵਿੱਚ ਸਹਾਇਕ ਜ਼ਿੰਮੇਵਾਰੀ ਵਿੱਚ, ਅਸੀਂ ਉਹਦੇ 'ਚ ਲੇਬਰ ਵਾਲੀ ਜ਼ਿੰਮੇਵਾਰੀ ਵਿੱਚ, ਅਸੀਂ ਉਹਦੇ CEO ਨਹੀਂ ਬਣਦੇ ਕਦੇ, ਕਿਉਂਕਿ ਉਹਨਾਂ ਨੇ ਬਣਨ ਨਹੀਂ ਦੇਣਾ ਤੁਹਾਨੂੰ। ਤੁਹਾਨੂੰ ਆਪਣੀਆਂ ਜੇ ਕਾਰਪੋਰੇਟ ਮਾਡਲ ਨਾਲ ਹੀ ਵਰਲਡ ਆਰਡਰ ਚੱਲਣਾ ਆ, ਅਤੇ ਫਿਰ ਪੰਜਾਬ ਦੀ ਉਹਦੇ ਵਿੱਚ ਹਾਜ਼ਰੀ ਯਕੀਨੀ ਬਣਾਉਣੀ ਪਏ। ਫਿਰ ਉਸ ਮਾਡਲ ਦੇ ਨਾਲ ਹੀ ਚੀਜ਼ਾਂ ਪੈਦਾ ਹੋਣਗੀਆਂ। ਹੁਣ ਨਿਊ ਵਰਲਡ ਆਰਡਰ, ਪਹਿਲਾਂ ਸੀਗਾ ਕਿ ਕਾਰਪੋਰੇਟ ਵਰਲਡ ਆਰਡਰ ਜਿਹੜਾ ਸੀਗਾ ਉਹ ਪੋਲੀਟੀਕਲ ਪਾਰਟੀਜ਼ ਦੇ ਵਿੱਚ ਇਨਵੈਸਟਮੈਂਟ ਕਰਦਾ ਸੀ, ਫਿਰ ਉਹਨਾਂ ਕੋਲੋਂ ਕਾਨੂੰਨ ਬਣਵਾਉਂਦਾ ਸੀ, ਜਿਹੜੇ ਆ 3 ਕਾਨੂੰਨ ਨੇ ਇਹਦੇ ਪਿੱਛੇ ਵੀ ਇਸ ਤਰ੍ਹਾਂ ਦੀ ਪੋਲੀਟਿਕਸ ਹੈ ਕਿ ਪਹਿਲਾਂ ਉਸ ਪਾਰਟੀ ਦੇ ਪਿੱਛੇ ਅਰਬਾਂ ਰੁਪਈਆ ਖਰਚ ਕਰਕੇ ਉਹਨਾਂ ਨੂੰ ਇਸਟੈਬਲਿਸ਼ ਕੀਤਾ ਜਾਵੇ, ਜਦੋਂ ਉਹ ਪਾਰਟੀ ਪਾਵਰ 'ਚ ਆ ਜਾਵੇ ਫਿਰ ਉਹਨਾਂ ਕੋਲ ਇਹੋ ਜਿਹੇ ਕਾਨੂੰਨ ਬਣਵਾਏ ਜਾਣ ਤਾਂ ਕਿ ਉੱਥੋਂ ਦੇ ਨੈਚੁਰਲ ਰਿਸੋਰਸਿਸ ਨੂੰ ਲੁੱਟਿਆ ਜਾ ਸਕੇ। ਹੁਣ ਕਾਰਪੋਰੇਟ ਵਰਲਡ ਨੇ ਆਪਣਾ ਮਾਡਲ ਚੇਂਜ ਕਰ ਦਿੱਤਾ ਆ, ਉਹ ਸਿੱਧਾ ਰੂਲ ਕਰਨਗੇ, ਅਤੇ ਉਸ ਹਨੇਰੀ ਦਾ ਮੁਕਾਬਲਾ ਕਰਨ ਲਈ ਸਾਡੇ ਕੋਲ ਕੋਈ ਤਿਆਰੀ ਨਹੀਂ ਹੋਈ। ਅਤੇ ਇਹਦਾ ਫਿਰ ਜਿਹੜਾ ਅਗਲਾ ਸੰਘਰਸ਼ ਹੈ ਉਹ ਬਹੁਤ ਤਿੱਖਾ ਹੋਣਾ, ਇਹਦਾ ਅਗਲਾ ਰੂਪ ਹੋਏਗਾ ਉਹ ਫਿਰ ਵਾਇਲੈਂਟ ਹੋਏਗਾ, ਉਹਨੂੰ ਫਿਰ ਰੋਕ ਨਹੀਂ ਸਕਦਾ ਕੋਈ। ਤਾਂ ਠੀਕ ਹੈ ਜੇ ਹੋਏਗੀ ਤਾਂ ਫਿਰ ਹੋਏਗੀ, ਪਰ ਜੇ ਉਹਦਾ ਕੋਈ ਹੱਲ ਸੋਚਣਾ ਹੈ ਪਹਿਲਾਂ ਵਿਚਾਰ ਦੇ ਪੱਧਰ 'ਤੇ, ਤਾਂ ਫਿਰ ਉਹ ਹੱਲ ਇਹੀ ਹੈ ਕਿ ਸਾਨੂੰ ਸੋਚਣਾ ਪਏਗਾ ਕਿ ਅਸੀਂ ਉਸ ਵਪਾਰਕ ਮਾਡਲ ਦੇ ਸਾਹਮਣੇ ਕਿਹੜਾ ਮਾਡਲ ਰੱਖਦੇ ਹਾਂ, ਕਿਉਂਕਿ ਉਤਪਾਦਨ ਤੁਹਾਡੇ ਕੋਲ ਹੈਗਾ, ਵਪਾਰ ਤੁਹਾਡੇ ਕੋਲ ਨਹੀਂ ਹੈ। ਸਾਰਾ ਉਤਪਾਦਨ ਜਿਹੜਾ ਆ ਉਹ ਵਪਾਰ ਵਿੱਚ ਕਨਵਰਟ ਹੋ ਕੇ ਮੁਨਾਫਾ ਦਿੰਦਾ ਹੈ, ਇਸੇ ਕਰਕੇ ਕਿਸਾਨੀ ਘਾਟੇ ਵਿੱਚ ਹੈ, ਕਿਉਂਕਿ ਕਿਸਾਨੀ ਆਪਣੇ ਆਪ ਦੇ ਵਿੱਚ ਮੁਨਾਫੇਯੋਗ ਕੰਮ ਨਹੀਂ ਹੈ। ਸਾਨੂੰ ਇਹ ਸਾਰੇ ਕੁਛ ਦੇ ਉੱਤੇ ਚਿੰਤਨ ਮੰਥਨ ਕਰਨਾ ਪਏਗਾ, ਇਹ ਸਾਰੇ ਡਿਪਾਰਟਮੈਂਟਸ ਨੂੰ ਰਲਣਾ ਪਏਗਾ, ਓਵਰਲੈਪਿੰਗ ਹੋਏਗੀ। ਜਿਵੇਂ ਅਸੀਂ ਸੈਪਰੇਟ ਚੱਲ ਰਹੇ ਹਾਂ, ਇਕਨੋਮਿਕਸ ਵਾਲੇ ਨੂੰ ਸੋਸ਼ੀਓਲੋਜੀ ਨਹੀਂ ਆਉਂਦੀ, ਸੋਸ਼ੀਓਲੋਜੀ ਵਾਲੇ ਨੂੰ ਹਿਸਟਰੀ ਨਹੀਂ ਆਉਂਦੀ, ਹਿਸਟਰੀ ਵਾਲੇ ਨੂੰ ਪੋਲੀਟਿਕਸ ਨਹੀਂ ਆਉਂਦੀ, ਤਾਂ ਇਹ ਜਿਹੜੀ ਸੈਪਰੇਸ਼ਨ ਇਹਨੂੰ ਖਤਮ ਕਰਨਾ ਪਏਗਾ, ਇੰਟਰਡਿਸਪਲਨਰੀ ਅਪਰੋਚ ਦੇ ਨਾਲ ਪੜ੍ਹਨਾ ਅਤੇ ਪੜ੍ਹਾਉਣਾ ਪਏਗਾ। ਉਹਦੇ ਵਿੱਚੋਂ ਇੱਕ ਬੈਲੈਂਸਡ ਪਰਸਨੈਲਿਟੀ ਡਿਵੈਲਪ ਹੋਏਗੀ, ਉਹੀ ਠੀਕ ਸੋਚੇਗੀ। ਹੁਣ ਸਾਡੇ ਇਕਨੋਮਿਕਸ ਪੜ੍ਹੇ ਹੋਏ ਬੰਦਿਆਂ ਦਾ ਪੰਜਾਬ ਨੂੰ ਫਾਇਦਾ ਨਹੀਂ ਹੋ ਰਿਹਾ ਕੋਈ, ਹੁਣ ਸਾਡੇ ਬਿਜ਼ਨਸ ਦੀ ਪੜ੍ਹਾਈ ਕੀਤੇ ਹੋਏ ਬੰਦਿਆਂ ਦਾ ਪੰਜਾਬ ਨੂੰ ਫਾਇਦਾ ਨਹੀਂ ਹੋ ਰਿਹਾ ਕੋਈ, ਸਾਡੇ ਬੰਦੇ MBA ਕਰਕੇ ਇੱਕ ਗੁੜ ਦਾ ਕਾਰੋਬਾਰ ਖੋਲ੍ਹ ਲਏ, ਉਹਨਾਂ ਨੇ ਆਪਣੀ ਉਸ ਪੜ੍ਹਾਈ ਨੂੰ ਗੁੜ ਦੇ ਕਾਰੋਬਾਰ ਵਿੱਚ ਲਾਇਆ, ਔਰ ਯਕੀਨ ਜਾਣੋ ਉਹ ਪ੍ਰੋਫੈਸਰ ਦੀ ਜੋਬ ਨਾਲੋਂ ਵੀ ਚੰਗੀ ਕਮਾਈ ਕਰ, ਜਿਹੜਾ ਸੰਭਾਵੀ ਹੱਲ ਹੈ। ਜਦੋਂ ਆਪਣਾ ਉਤਪਾਦਨ ਅਸੀਂ ਮਾਰਕੀਟ ਦੇ ਵਿੱਚ ਵੈਲਿਊ ਸਿਸਟਮ ਨਾਲ ਜੋੜ ਕੇ ਪੇਸ਼ ਕਰਨ 'ਚ ਕਾਮਯਾਬ ਹੋਵਾਂਗੇ, ਇਹਦੇ 'ਚੋਂ ਰਾਹ ਨਿਕਲਦਾ ਹੈ। 1.5 ਕਰੋੜ ਏਕੜ ਜ਼ਮੀਨ ਹੈ ਸਾਡੇ ਕੋਲ, ਜਿਹਦੇ 'ਚੋਂ ਸਾਡਾ ਇੱਕ ਖੂੰਜਾ ਵੀ ਵਿਹਲਾ ਰਹਿ ਜਾਵੇ ਤਾਂ ਆਪਣੇ ਜ਼ਮੀਰ ਨੂੰ ਆਹ ਵੀ ਲਾਹਨਤਾਂ ਪਈ ਜਾਂਦੀਆਂ ਵੀ ਸਾਡੇ ਕੋਲ ਇਹ 'ਚੋਂ ਕੱਢੀ ਨਹੀਂ ਗਈ ਫਸਲ। ਅਤੇ ਇੰਨੀ ਉਪਜਾਊ ਜ਼ਮੀਨ, ਇੰਨੇ ਰਿਸੋਰਸਿਸ, ਇੱਕ ਉਂਗਲ ਦਾ ਬਟਨ ਨੱਪੋ ਅਤੇ ਪਾਣੀ ਜ਼ਮੀਨ ਤੋਂ ਬਾਹਰ ਆ ਜਾਂਦਾ। ਬਾਕੀ ਹਿੰਦੁਸਤਾਨ ਦੇ ਸੂਬਿਆਂ ਵੱਲ ਜਾ ਕੇ ਵੇਖੋ, ਛੱਤੀਸਗੜ੍ਹ 'ਚ ਕੀ 600 ਫੁੱਟ 'ਤੇ ਪਾਣੀ ਹੈ, ਮੱਧ ਪ੍ਰਦੇਸ਼ 'ਚ 7-7 ਸਾਲ ਮੀਂਹ ਨਹੀਂ ਪੈਂਦਾ, ਜਿੰਨਾ ਪਾਣੀ ਹੈ ਉਹ ਮੀਂਹ ਦਾ ਹੈ। ਮੈਂ ਇਹਨਾਂ ਸੂਬਿਆਂ ਦੇ ਵਿੱਚ ਖੇਤੀ ਕਰਕੇ ਦੇਖੀ ਹੈ,
ਫਿਰ ਤੁਹਾਨੂੰ ਦੱਸ ਰਿਹਾ ਕਿ ਬਹੁਤ ਬੁਰਾ ਹਾਲ ਹੈ, ਸਿਵਾਏ ਯੂਪੀ ਤੋਂ ਕੋਈ ਚੰਗਾ ਹਾਲ ਨਹੀਂ। ਇੰਨਾ ਵਧੀਆ ਮੰਡੀ ਸਿਸਟਮ, ਹਰ ਪਿੰਡ ਪੱਕੀ ਸੜਕ ਨਾਲ ਮੰਡੀ ਨਾਲ ਜੁੜਿਆ ਹੋਇਆ, ਪਰ ਨੀਤ ਕਿੱਥੇ ਮਾੜੀ ਹੁੰਦੀ ਹੈ ਕਿ 23 ਫਸਲਾਂ 'ਤੇ MSP ਅਨਾਊਂਸ ਕਰਕੇ ਦਿੰਦੇ ਸਿਰਫ 2 'ਤੇ। ਕਿਉਂ? ਕਿਉਂਕਿ ਕੰਟਰੋਲਡ ਸਿਸਟਮ। ਤੋ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ, ਜਿਹੜੀ ਇਹ ਮਾਰਕੀਟ ਖੁੱਲ੍ਹ ਰਹੀ ਹੈ ਉਹਦੇ ਹਿਸਾਬ ਨਾਲ ਸੋਚਣ ਲੱਗ ਜਾਵਾਂਗੇ, ਤਾਂ ਫਿਰ ਉਸ ਮਾਰਕੀਟ ਦੇ ਵਿੱਚ ਅਸੀਂ ਹੋ ਸਕਦਾ ਐਕਸਪੋਰਟ ਦੇ ਬਿਜ਼ਨਸ 'ਚ ਆ ਜਾਈਏ, ਹੋ ਸਕਦਾ ਅਸੀਂ ਹੁਣ, ਸੰਭਾਵਨਾਵਾਂ ਬਹੁਤ ਬਣ ਗਈਆਂ ਨੇ ਜਦੋਂ ਤੋਂ ਇਹ ਕਰਤਾਰਪੁਰ ਸਾਹਿਬ ਵਾਲਾ ਲੰਘਾ ਖੁੱਲ੍ਹਿਆ ਜਾਂ ਜਿਹੜੀਆਂ ਸੜਕਾਂ ਬਣ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਲੰਘਣੀਆਂ ਤਾਂ ਪੰਜਾਬ ਵਿੱਚ ਦੀ ਹੈ, ਗੁਜ਼ਾਰਾ ਇਹਨਾਂ ਦਾ ਵੀ ਨਹੀਂ, ਭਾਵੇਂ ਉਹ ਸਾਨੂੰ ਸੜਕ 'ਤੇ ਨਾ ਚੜ੍ਹਨ ਦੇਣ। ਪਰ ਪੰਜਾਬ ਵਾਲਿਆਂ ਨੇ ਇੱਕ ਨਵੀਂ ਫੋਰਸ ਬਣਾਈ ਹੈ, ਪੰਜਾਬ ਸਰਕਾਰ ਨੇ ਇੱਕ ਨਵੀਂ ਫੋਰਸ ਬਣਾਈ ਹੈ ਜਿਹੜੀ ਸਿਰਫ ਹਾਈਵੇਜ਼ ਦੀ ਰਾਖੀ ਕਰੇਗੀ। ਉਹ ਕਾਹਦੇ ਲਈ ਹੈ? ਜਿਹੜਾ ਤੁਸੀਂ ਤੀਜੇ ਕੁ ਦਿਨ ਟੋਲ ਪਲਾਜ਼ੇ ਬੰਦ ਕਰ ਦਿੰਦੇ ਹੋ, ਉਹ ਨਹੀਂ ਕਰਦੇ ਨੇ ਹੁਣ, ਕਿਉਂਕਿ ਇੰਟਰਨੈਸ਼ਨਲ ਪੋਲਿਸੀਜ਼ ਨੇ। ਇਹ ਪੈਸਾ ਕਿਤੇ ਹੋਰ ਲੱਗ ਰਿਹਾ, IMF ਦਾ ਲੱਗ ਰਿਹਾ ਜਾਂ ਹੋਰ ਕਿਤੇ ਲੱਗ ਰਿਹਾ, ਵਰਲਡ ਬੈਂਕ ਦਾ ਪੈਸਾ ਲੱਗ ਰਿਹਾ। ਉਹ ਖਲਲ ਨਹੀਂ ਚਾਹੁੰਦੇ ਆਪਣੇ ਵਿੱਚ, ਆਪਣੇ ਕੰਮ ਕਾਰ ਨੂੰ ਚਲਾਉਣ ਦੇ। ਤੋ ਹੁਣ ਜਿਹੜੀ ਕਾਰਪੋਰੇਟ ਹੈ ਉਹ ਸਿੱਧਾ ਰੂਲ ਕਰਨ ਜਾ ਰਹੀ ਹੈ। ਜੇ ਅਸੀਂ ਇਹਦਾ ਮੈਂ ਤੁਹਾਨੂੰ ਸਿਰਫ ਐਗਜ਼ਾਮਪਲ ਦੇ ਰਿਹਾ ਹਾਂ ਵੀ ਇੱਕ ਛੋਟਾ ਜਿਹਾ ਕਾਰੋਬਾਰ ਜੇ ਸਾਡੇ ਬੰਦਿਆਂ ਨੇ ਪੜ੍ਹ ਕੇ ਸਮਝ ਕੇ ਕਿਸੇ ਤਰੀਕੇ ਦੇ ਨਾਲ ਗੁੜ ਦੇ ਵਿੱਚੋਂ ਉਹਨਾਂ ਨੇ ਆਮਦਨ ਪੈਦਾ ਕੀਤੀ ਹੈ, ਹਰ ਫਸਲ 'ਚ ਆਮਦਨ ਪੈਦਾ ਹੋ ਸਕਦੀ ਹੈ। ਬਸ ਉਹਦੇ ਨਾਲ ਅਸੀਂ ਵੈਲਿਊ ਐਡੀਸ਼ਨ ਕਰਨੀ ਹੈ, ਉਹਦੀ ਗ੍ਰੇਡਿੰਗ ਕਰਨੀ ਹੈ, ਉਹਨੂੰ ਉਸ ਮੁਕਾਬਲੇ 'ਤੇ ਲੈ ਕੇ ਜਾਣਾ ਹੈ। ਇਸੇ ਤਰ੍ਹਾਂ ਹੀ ਸਾਡੀ ਟੈਕਨੋਲੋਜੀ ਦੀ ਫੀਲਡ ਬਣ ਜਾਂਦੀ ਹੈ, ਇਸੇ ਤਰ੍ਹਾਂ ਹੀ ਹੋਰ ਚੀਜ਼ਾਂ ਬਣ ਜਾਂਦੀਆਂ। ਆਰਟ ਦੀ ਫੀਲਡ ਹੈ, ਪੰਜਾਬ ਵਿੱਚ ਆਰਟ ਦਾ ਸੱਤਿਆਨਾਸ਼ ਹੋ ਗਿਆ। ਜੋਗ੍ਰਾਫੀ ਦੀ MA ਵੇਖੋ ਕਿੱਥੇ ਚੱਲ ਰਹੀ ਹੈ, ਉਹ ਸਰਕਾਰ ਨੇ ਕਿਸੇ ਪੋਲਿਸੀ ਦੇ ਤਹਿਤ ਬੰਦ ਕਰਵਾ ਦਿੱਤੀ। ਸਾਨੂੰ ਜੋਗ੍ਰਾਫੀ ਦੀ ਸਮਝ ਨਹੀਂ ਰਹੀ, ਬੇਸਿਕ ਸਮਝ ਨਹੀਂ ਰਹੀ। ਧਿਆਨ ਮਾਰ ਕੇ ਦੇਖੋ ਕਿ MA ਜੋਗ੍ਰਾਫੀ ਪੰਜਾਬ ਦੇ ਕਿੰਨੇ ਕਾਲਜਿਸ ਵਿੱਚ ਚੱਲਦੀ ਹੈ, ਅਤੇ ਹਿੰਦੁਸਤਾਨ ਦੇ ਜਿਹੜੇ ਇੰਪੋਰਟੈਂਟ ਟੈਸਟ ਨੇ ਉਹਦੇ ਵਿੱਚ ਇਹਦਾ ਕਿੰਨੇ % ਹਿੱਸਾ ਹੁੰਦਾ। ਪਿੱਛੇ ਜੇ ਅਸੀਂ UPSC ਦੀ ਕੋਚਿੰਗ ਸ਼ੁਰੂ ਕੀਤੀ ਆਪਣੇ ਕਾਲਜ ਦੇ ਵਿੱਚ, ਉਹਦੇ ਦੌਰਾਨ ਇਹ ਸਾਰੇ ਕੁਸ਼ਚਨ ਲੰਘਣਾ ਪਿਆ, ਅਤੇ ਮੈਂ ਤੁਹਾਨੂੰ ਟੈਕਨੀਕਲੀ ਦੱਸ ਰਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਦੇ ਮਾਇੰਡ ਵਿੱਚੋਂ ਜੋਗ੍ਰਾਫੀਕਲ ਸੈਂਸ ਨੂੰ ਖਤਮ ਕਰਨ ਦੀ ਸਾਜਿਸ਼। ਅਤੇ ਧਿਆਨ ਮਾਰ ਕੇ ਦੇਖੋ ਵੀ ਕਿੰਨੀ ਥਾਈਂ ਜੋਗ੍ਰਾਫੀ ਦੀ MA ਹੈ, ਅਤੇ ਕਿੰਨੇ ਬੱਚੇ ਉਹਦੇ 'ਚ ਦਾਖਲ ਹੈ। ਪੰਜਾਬੀ ਦੀ MA ਚਲਾਉਣੀ ਔਖੀ ਹੋ ਗਈ। ਮੈਂ ਇੱਕ ਪੰਜਾਬੀ ਡਿਪਾਰਟਮੈਂਟ ਚਲਾ ਰਿਹਾ, ਅਤੇ ਸਾਨੂੰ ਪੰਜਾਬੀ ਦੀ MA ਚਲਾਉਣੀ ਔਖੀ ਹੋ ਗਈ। ਖਡੂਰ ਸਾਹਿਬ ਬੱਚੇ ਨਹੀਂ ਮਿਲ ਰਹੇ। ਜੇ ਕਿਸੇ ਬੱਚੇ ਨੂੰ ਅਸੀਂ ਕਾਉਂਸਲਿੰਗ ਕਰਨ ਲਈ ਜਾਂਦੇ ਹਾਂ, ਉਹ ਕਹਿੰਦਾ ਮੈਂ ਪੰਜਾਬੀ ਕਰਕੇ ਕਰੂੰਗਾ ਕੀ? ਅਤੇ ਮੈਂ ਜਿਹੜਾ ਬੰਦਾ ਤੁਹਾਡੇ ਨਾਲ ਇੱਥੇ ਗੱਲਾਂ ਕਰ ਰਿਹਾ, ਉਸ ਬੱਚੇ ਨੂੰ ਜਵਾਬ ਨਹੀਂ ਦੇ ਸਕਦਾ ਕੋਈ ਕਿ ਤੂੰ ਕੀ ਕਰੇਗਾ, ਕਿਉਂਕਿ ਉਹਦੀ ਖਪਤ ਨਹੀਂ ਹੈਗੀ। ਸੋ ਇਸ ਕਰਕੇ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਵੀ ਜੇ ਉਚੇਰੀ ਸਿੱਖਿਆ ਦੇ ਵਿੱਚ ਇਹ ਸੰਕਟ ਆਇਆ ਆ, ਉਹਦੇ ਮੂਲ ਕਾਰਨ ਕਿੱਥੇ ਪਏ ਨੇ, ਉਹਦੇ ਮੂਲ ਕਾਰਨ ਇਹਨਾਂ ਚੀਜ਼ਾਂ, ਜਿਹੜੀ ਸਾਰੀਆਂ ਆਪਾਂ ਚੀਜ਼ਾਂ ਗਣਾਈਆਂ, ਇਹਨਾਂ ਦੇ ਦੁਆਲੇ ਦੁਆਲੇ ਘੁੰਮਦੇ ਨੇ। ਇਹ 'ਚ ਆਰਥਿਕਤਾ, ਇਹਦੇ 'ਚ ਰਾਜਨੀਤੀ, ਇਹਦੇ 'ਚ ਹੋਰ ਬਹੁਤ ਸਾਰੇ ਜਿਹੜੇ ਸ਼ੋਭੇ ਨੇ ਦੁਨੀਆ ਦੇ, ਉਹ ਕੰਮ ਕਰ ਰਹੇ ਨੇ। ਬਹੁਤ ਸਾਰਿਆਂ ਲੋਕਾਂ ਦੀ ਜਿਹੜੀ ਅੱਖ ਆ ਉਹ ਤੁਹਾਡੀ ਇਸ ਧਰਤੀ 'ਤੇ ਲੱਗੀ ਹੋਈ ਹੈ। ਜਦ ਤੱਕ ਤੁਸੀਂ ਇਹਨੂੰ ਖਾਲੀ ਕਰਕੇ ਇੱਥੋਂ ਭੱਜਦੇ ਨਹੀਂ ਜੇ, ਤਦ ਤੱਕ ਉਹ ਇੱਥੇ ਸਿੱਧਾ ਕਬਜ਼ਾ ਨਹੀਂ ਕਰ ਸਕਦੇ। ਤੁਹਾਡੀ ਵਸੋਂ ਨੂੰ ਡਿਲਿਊਟ ਕੀਤਾ ਜਾ ਰਿਹਾ ਇੱਥੇ ਵੱਡੀ ਮਾਤਰਾ ਦੇ ਵਿੱਚ। ਹੋਰ ਪ੍ਰਵਾਸੀ, ਉਹ ਵੀ ਪ੍ਰਵਾਸੀ ਨੇ, ਉਹਨਾਂ ਨੂੰ ਇੱਥੇ ਰਿਜ਼ਕ ਲੱਭ ਰਿਹਾ ਹੈ, ਅਸੀਂ ਪ੍ਰਵਾਸੀ ਬਣ ਕੇ ਕਿਤੇ ਹੋਰ ਰਿਜ਼ਕ ਲੱਭ ਰਹੇ ਹਾਂ। ਜਦ ਤੱਕ ਇਸ ਡਾਇਨਮਿਕਸ ਨੂੰ ਨਹੀਂ ਸਮਝਦੇ, ਤਦ ਤੱਕ ਇਹਦਾ ਕੋਈ ਹੱਲ ਨਹੀਂ ਹੈਗਾ। ਤਾਂ ਸਾਡੇ ਬੰਦਿਆਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਇੱਕ ਰਿਵਰਸ ਮਾਈਗ੍ਰੇਸ਼ਨ ਨਾਂ ਦਾ ਕੌਨਸੈਪਟ ਪਿੱਛੇ ਜੇ ਸ਼ੁਰੂ ਹੋਇਆ ਸੀਗਾ, ਪਰ ਉਹਦੀ ਪ੍ਰੈਕਟੀਕੈਲਿਟੀ ਜਿਹੜੇ ਉਹਦਾ ਕਹਿ ਲਓ ਕਿ ਅਭਿਆਸ ਕਿਤੇ ਦਿਸਦਾ ਨਹੀਂ ਕਿ ਇੰਨੇ ਬੰਦੇ ਜੇ ਇੰਨੇ % ਲੋਕ ਜਿਹੜੇ ਨੇ। ਹੁਣ ਸੱਚੀ ਗੱਲ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਬੰਦੇ ਸਾਡੇ ਵੱਡੇ ਸ਼ਹਿਰਾਂ 'ਚ ਜਾ ਕੇ ਰਹਿ ਚੁੱਕੇ ਨੇ, ਉਹਨਾਂ ਨੂੰ ਹੁਣ ਸਾਡੇ ਤੋਂ ਮੁਸ਼ਕ ਆਉਣ ਲੱਗ ਗਿਆ।
ਇਹ ਸੱਚ ਹੈ ਕਿ ਝੂਠ ਹੈ। ਉਹ ਇੱਥੇ ਆ ਕੇ ਮਾਸਕ ਨਹੀਂ ਲਾਉਣ ਨੂੰ ਤਿਆਰ, ਉਹ ਸਾਡਾ ਨੋਰਮਲ ਪਾਣੀ ਨਹੀਂ ਪੀਣ ਨੂੰ ਤਿਆਰ, ਉਹਨਾਂ ਨੂੰ ਸਾਡੇ ਬਾਥਰੂਮ ਗੰਦੇ ਲੱਗਦੇ ਆ। ਇੰਨਾ ਜ਼ਿਆਦਾ ਮਾਨਸਿਕ ਤੌਰ 'ਤੇ ਇੱਕ ਅੰਤਰ ਆ ਗਿਆ। ਸਾਡਾ ਜਿਹੜਾ ਜਿਉਣ ਦਾ ਤਰੀਕਾ ਆ, ਸਾਡੀਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਆ, ਇਹ ਸਭ ਕੁਛ ਅਸੀਂ ਉਹਨਾਂ ਦੇ ਮੁਤਾਬਕ ਕਰਦੇ ਜਾ ਰਹੇ ਹਾਂ। ਸਾਡੇ ਹੁਣ ਘਰਾਂ ਦੀ ਬਣਤਰ ਵਿੱਚ ਵੀ ਇਹ ਚੀਜ਼ਾਂ ਧਿਆਨ ਰੱਖਿਆ ਜਾਣ ਲੱਗਾ, ਬਾਹਰ ਵਾਲਿਆਂ ਨੇ ਆਉਣਾ ਆ, ਇਸ ਤਰ੍ਹਾਂ ਦਾ ਕਮਰਾ ਤਿਆਰ ਕਰੋ, ਇਸ ਤਰ੍ਹਾਂ ਦਾ ਬਾਥਰੂਮ ਤਿਆਰ ਕਰੋ। ਅਸੀਂ ਆਪਣੀਆਂ ਖਾਣ ਵਾਲੀ ਚੀਜ਼ਾਂ ਨੂੰ ਉਹਦੇ ਮੁਤਾਬਕ ਬਦਲ ਰਹੇ ਹਾਂ। ਹੁਣ ਬਾਹਰੋਂ ਬੱਚੇ ਆਉਂਦੇ ਆ, ਤੁਸੀਂ ਜ਼ੋਰ ਲਾਓ ਉਹਨਾਂ, ਜਿਹੜੀ ਤਰ੍ਹਾਂ ਦੇ ਮਰਜ਼ੀ ਪਕੌੜੇ ਖਵਾਓ, ਉਹਨਾਂ ਨੇ ਮੈਕਡੋਨਲਡ ਲਈ ਜਾਣਾ। ਉੱਥੇ ਜਾ ਕੇ ਉਹ ਨੱਚਣ ਲੱਗ ਜਾਂਦੇ ਜਿਵੇਂ ਨਾਨਕੇ ਉਹਨਾਂ ਦੇ ਘਰ ਹੋਣ ਉਹਨਾਂ ਦੇ। ਕਿਉਂ? ਕਿਉਂਕਿ ਉਹ ਮਾਡਰਨ ਵਰਲਡ ਨੇ ਖਾਣ ਪੀਣ ਨੂੰ ਕਮੋਡਿਟੀ ਤਬਦੀਲ ਕਰਕੇ ਉਹਦੇ ਉੱਤੇ ਆਪਣੀ ਏਕਾਧਿਕਾਰ ਸਥਾਪਿਤ ਕੀਤਾ ਹੋਇਆ। ਉਹ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਖੁਦ ਤਿਆਰ ਕਰਦੇ ਆ, ਉਹਦੇ ਵਿੱਚ ਅਡਿਕਸ਼ਨ ਦੇ ਐਲੀਮੈਂਟ ਪਾਏ ਜਾਂਦੇ ਆ, ਉਹ ਅਡਿਕਟ ਹੋ ਜਾਂਦਾ ਬੱਚਾ ਉਹਦਾ। ਤੁਸੀਂ ਉਹਨੂੰ ਜੋ ਮਰਜ਼ੀ ਬਣਾ ਕੇ ਦੇ ਜਾਓ, ਆਪਣੀਆਂ ਜਿਹੜੀਆਂ ਤੁਹਾਡੀਆਂ ਇੱਥੋਂ ਦੀਆਂ ਰੈਸਪੀਜ਼ ਨੇ, ਉਹਨਾਂ ਨੂੰ ਪਸੰਦ ਹੀ ਨਹੀਂ ਆਉਂਦੀ, ਕਿਉਂਕਿ ਉਹ ਅਡਿਕਟ ਹੋ ਚੁੱਕੇ ਉਹਨਾਂ ਚੀਜ਼ਾਂ ਨੂੰ। ਉਹਨਾਂ ਦਾ ਕੋਈ ਖੁਰਾਕ ਦਾ ਕੋਈ ਪੱਖ ਨਹੀਂ ਜਿਹਦੇ ਵਿੱਚ ਜਿਹੜੀਆਂ ਕੋਲਡ ਡਰਿੰਕਸ ਨੇ ਸ਼ਾਮਿਲ ਨਹੀਂ ਹੈਗੀ, ਕਿਉਂਕਿ ਉਹ ਵੀ ਅਡਿਕਟ ਕਰਦੀਆਂ ਬੰਦੇ। ਜਿਵੇਂ ਨਸ਼ਾ ਇਹ ਇਕੱਲਾ ਇੱਦਾਂ ਥੋੜ੍ਹਾ ਵੀ ਇਕੱਲਾ ਚਿੱਟਾ ਹੀ ਲੱਗਦਾ ਹੈ, ਇਕੱਲੇ ਚਿੱਟੇ 'ਚੋਂ ਥੋੜ੍ਹਾ ਕਮਾਈ ਕਰਨੀ ਹੈ ਵਰਲਡ ਨੇ, ਹਰ ਚੀਜ਼ 'ਚੋਂ ਕਮਾਈ ਕਰਨੀ ਹੈ ਉਹਨਾਂ ਨੇ। ਤੁਸੀਂ ਸਰਵੇ ਕਰਾ ਕੇ ਦੇਖ ਲਓ, ਜਿੰਨੀ ਤਰ੍ਹਾਂ ਦੇ ਤੁਹਾਡੇ ਇੱਥੇ ਬਿਸਕੁਟ ਬੱਚੇ ਖਾਂਦੇ ਆ, ਚੋਕਲੇਟ ਖਾਂਦੇ, ਸਾਰਿਆਂ 'ਚੋਂ ਅਡਿਕਸ਼ਨ ਵਾਲੇ ਐਲੀਮੈਂਟ ਨਿਕਲ ਆਉਣਗੇ। ਉਹ ਠੀਕ ਹੈ, ਤੁਹਾਡੇ ਕੋਲ ਲੈਬੋਰਟਰੀ 'ਚ ਨਹੀਂ ਹੈਗੀ। ਹਰਦੇਵ ਸਿੰਘ ਵਿਰਕ ਫਿਜ਼ਿਕਸ ਦੇ ਪ੍ਰੋਫੈਸਰ ਨੇ, ਹਯਾਤ ਨੇ, ਉਹਨਾਂ ਨੂੰ ਜਾ ਕੇ ਮਿਲ ਕੇ ਪੁੱਛ ਲਓ ਕਿ ਜੇ ਪੰਜਾਬ ਦਾ ਪਾਣੀ ਟੈਸਟ ਕਰਨਾ ਹੋਵੇ ਤਾਂ ਉਸ ਪਾਣੀ 'ਚੋਂ ਕੀ ਨਿਕਲਿਆ ਆ, ਇਹ ਤੁਸੀਂ ਜਾਣਨਾ ਹੋਵੇ ਕਿ ਤੁਸੀਂ ਜਾਣ ਸਕਦੇ ਹੋ। ਇਹ ਪ੍ਰਚਾਰ ਨਾਲ ਅਗਲੀ ਗੱਲ ਆ। ਤਰਨ ਤਾਰਨ ਜ਼ਿਲ੍ਹੇ ਦੇ ਪਾਣੀ ਵਿੱਚ ਬਠਿੰਡੇ ਵੱਲੋਂ ਆ ਰਿਹਾ ਐਕੁਆਫਾਇਰ ਜਿਹੜਾ ਆ, ਉਹ ਕੈਂਸਰ ਦੇ ਐਲੀਮੈਂਟ ਲੈ ਕੇ ਆ ਰਿਹਾ। ਤੁਸੀਂ ਜ਼ੋਰ ਲਾ ਲਓ ਜੇ ਪੰਜਾਬ ਦੀ ਕੋਈ ਲੈਬੋਰਟਰੀ ਇਹ ਚੀਜ਼ ਨੂੰ ਸਾਬਤ ਹੋਣ ਦੇਵੇ। ਅਤੇ ਕੈਂਸਰ ਤਰਨ ਤਾਰਨ ਦੀਆਂ ਬਰੂਹਾਂ 'ਤੇ ਆ ਗਿਆ ਅਤੇ ਉਹਨੇ ਅੰਮ੍ਰਿਤਸਰ ਜਾਣਾ ਅਤੇ ਗਾਂਹ ਤੱਕ ਜਾਣਾ। ਇਹ ਇੱਥੋਂ ਤੱਕ ਕੰਟਰੋਲ ਹੁੰਦਾ ਇਹ ਚੀਜ਼ਾਂ ਦੇ ਉੱਤੇ। ਇਹ ਜਿਹੜਾ ਟਰੂਡੋ ਹੋਣਾ ਨੇ ਇਹਨਾਂ ਨੂੰ ਵਲੇਵਾਂ ਪਾਇਆ ਆ, ਉਹ ਸਿਗਨਲ ਕੰਟਰੋਲ ਕਰਕੇ ਪਾਇਆ। 5 eyes, 5 ਅੱਖਾਂ ਦੇਖ ਰਹੀਆਂ ਦੁਨੀਆ ਨੂੰ। ਇੱਕ ਵੀ ਸਿਗਨਲ ਜਿਹੜਾ ਜਾ ਰਿਹਾ ਕਿ ਹਿੰਦੁਸਤਾਨ ਤੁਹਾਡੇ ਸਿਗਨਲ ਨਹੀਂ ਟਰੇਸ ਕਰਦਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸੂਚਨਾ ਦੇ ਸਿਰ ਦੇ ਉੱਤੇ ਰਾਜ ਹੁੰਦੇ ਆ। ਤੋ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਨੂੰ ਜੋੜਨਾ ਪਏਗਾ ਇਹਨਾਂ ਚੀਜ਼ਾਂ ਦੇ ਨਾਲ। ਜੇ ਸਾਡੇ ਕੁਛ ਬੰਦੇ ਇਹਨਾਂ ਮੁਕਾਮਾਂ 'ਤੇ ਬੈਠੇ ਨੇ ਤਾਂ ਉਹ ਪੰਜਾਬ ਨੂੰ ਕੋਈ ਆਪਣੀ ਸੇਵਾ ਦੇਣ, ਉਹ ਇਹੋ ਜਿਹੀਆਂ ਚੀਜ਼ਾਂ ਵਿੱਚ ਆਪਣਾ ਮਾਇੰਡ ਲੈ ਕੇ ਆਉਣ। ਜਦੋਂ ਹਿੰਦੁਸਤਾਨ ਦਾ ਕੋਈ ਮੰਤਰੀ ਬਣਨਾ ਹੁੰਦਾ ਆ, ਜਿਵੇਂ ਖਜ਼ਾਨਾ ਮੰਤਰੀ ਹੁੰਦਾ ਆ ਜਾਂ ਜਿਹੜੇ ਬਜਟ ਪੇਸ਼ ਕਰਦੇ ਆ ਜਾਂ ਇਹ ਚੀਜ਼ਾਂ 'ਚ ਜੁੜੇ ਹੋਏ ਬੰਦੇ ਹੁੰਦੇ, ਉਹਦੇ ਵਿੱਚ ਸ਼ਿਕਾਗੋ ਵਰਗੀਆਂ ਸੰਸਥਾਵਾਂ ਆਪਣਾ ਰੋਲ ਪਲੇ ਕਰਦੀਆਂ। ਉਹਨਾਂ ਦੇ ਵਿਦਿਆਰਥੀ ਉਹਨਾਂ ਦੀਆਂ ਪੋਲਿਸੀਜ਼ ਨੂੰ ਲਿਆ ਕੇ ਆਉਣ ਵਾਲੇ ਬੰਦੇ ਇਹ ਡਾਕਟਰ ਮਨਮੋਹਨ ਸਿੰਘ ਹੋਣੀ ਐਵੇਂ ਨਹੀਂ ਹੈਗੀਆਂ। ਜਿਹੜਾ ਵੀ ਬੰਦਾ ਆਏਗਾ ਉਹ ਵੈਸਟ ਦੀਆਂ ਉਹਨਾਂ ਪੋਲਿਸੀਜ਼ ਦੇ ਨਾਲ ਜੁੜਿਆ ਹੋਇਆ ਹੀ ਅੱਗੇ ਆਏ। ਹੁਣ ਵੀ ਪਾਕਿਸਤਾਨ ਦੀ ਹਕੂਮਤ ਨੂੰ ਪਲਟਣਾ ਆ ਅਤੇ ਕੌਣ ਪਲਟਦਾ ਆ? ਜਿਹੜੇ ਬੰਦੇ ਸੀ ਪੈਕ ਦੀ ਹਮਾਇਤ ਵਿੱਚ ਸੀ ਉਹਨਾਂ ਨੇ ਪਲਟ ਕੇ ਪਰਾਂ ਮਾਰੇ ਦੂਜੇ ਲੈਣ ਦੇ। ਗਵਾਦਰ ਵਾਲੀ ਪੋਰਟ ਸੁਣ ਹੋ ਗਈ, ਉੱਥੇ ਚਾਈਨਾ ਸਿਟੀ ਬਣਿਆ ਹੋਇਆ ਸੀਗਾ, ਅਰਬਾਂ ਮਿਲੀਅਨ ਪੈਸਾ ਉੱਥੇ ਡਾਲਰਸ ਲੱਗਿਆ ਹੋਇਆ ਸੀਗਾ, ਉਹਨਾਂ ਦਾ ਮਿੱਟੀ ਹੋ ਗਿਆ। ਸੀ ਪੈਕ ਵਾਲੀ ਜਿਹੜੀ ਬਣੀ ਹੋਈ ਅਥਾਰਟੀ ਸੀ ਉਹਨਾਂ ਨੇ ਡਿਸਮੈਂਟਲ ਕਰ ਦਿੱਤੀ ਹੈ, ਤੋ ਚਾਈਨਾ ਨੂੰ ਵੀ ਕਰਨੀ ਪਈ ਹੈ। ਤੋ ਜਿਹੜੀ ਇਹ ਵੈਸਟਰਨ ਇੰਟਰਵੈਂਸ਼ਨ ਹੈ ਇਹਨਾਂ ਮੁਲਕਾਂ ਦੇ ਵਿੱਚ,
ਉਹ ਉਹੀ ਸਾਡੇ ਬੰਦਿਆਂ ਨੂੰ ਉੱਥੇ ਸੱਦ ਰਹੇ ਕਿਉਂਕਿ ਉਹਨਾਂ ਦੇ ਕੋਲ ਜਿਹੜੀ ਯੂਥ ਹੈ ਜਾਂ ਜਿਹੜੀ ਯੰਗ ਐਨਰਜੀ ਹੈ ਉਹਦੀ ਘਾਟ ਹੈ। ਉਹਨਾਂ ਨੂੰ ਸਸਤੀ ਲੇਬਰ ਮਿਲ ਰਹੀ ਹੈ, ਉਹਨਾਂ 'ਚ ਬੁੱਢਿਆਂ ਦੀ ਗਿਣਤੀ ਵੱਧ ਗਈ ਹੈ, ਉਹਨਾਂ ਦੇ ਆਪਣੇ ਬੱਚੇ ਉਹਨਾਂ ਕੰਮਾਂ ਨੂੰ ਕਰਨ ਨੂੰ ਤਿਆਰ ਨਹੀਂ ਹੈ, ਤਾਂ ਉਹ ਇੱਥੋਂ ਲੇਬਰ ਸਾਡੇ ਤੋਂ ਲੇਬਰ ਮਾਰਕੀਟ ਦੇ ਤੌਰ 'ਤੇ ਸਾਨੂੰ ਯੂਜ਼ ਕਰ ਰਹੇ। ਤਾਂ ਅਸੀਂ ਇਹ ਸੋਚਣਾ ਵੀ ਸਾਡਾ ਸਵੈਮਾਣ ਕਿੰਨਾ ਗੱਲਾਂ ਵਿੱਚ ਜਾਗਦਾ, ਪਰ ਜੇ ਆਪਾਂ ਕਿਸੇ ਬੱਚੇ ਨੂੰ ਇਹ ਕਹਾਂਗੇ ਉਹ ਪੁੱਛੇਗਾ ਇੱਥੇ ਕੀ ਮੌਕੇ ਹੈ। ਤਾਂ ਮੁਕਾਬਲਤਨ ਜਦੋਂ ਗੱਲ ਹੋਏਗੀ ਉਦੋਂ ਜਿਹੜਾ ਸਾਡੇ ਕੋਲ ਜਵਾਬ ਨਹੀਂ ਹੋਣਾ। ਤਾਂ ਗੱਲ ਆਦਰਸ਼ਕ ਰੂਪ ਵਿੱਚ ਨਹੀਂ ਹੋਣੀ, ਗੱਲ ਪ੍ਰੈਕਟੀਕਲ ਰੂਪ ਵਿੱਚ ਹੋਣੀ। ਤਾਂ ਪ੍ਰੈਕਟੀਕਲ ਰੂਪ ਵਿੱਚ ਇਹ ਹੈ ਕਿ ਸਾਡੇ ਰਾਜਨੀਤਿਕ ਲੋਕ ਔਰ ਸਾਡੇ ਪੜ੍ਹੇ ਲਿਖੇ ਲੋਕ ਪੰਜਾਬ ਬਾਰੇ ਸੋਚਣੋਂ ਹਟ ਗਏ, ਪੰਜਾਬ ਨੂੰ ਮੁਹੱਬਤ ਕਰਨੋਂ ਹਟ ਗਏ। ਇਸ ਕਰਕੇ ਪੰਜਾਬ ਦਾ ਬੁਰਾ ਹਾਲ, ਇਸ ਕਰਕੇ ਸਾਡੇ ਵਿਦਿਆਰਥੀਆਂ ਨੂੰ ਅੱਗੇ ਹਨੇਰਾ ਨਜ਼ਰ ਆਉਂਦਾ ਹੈ ਕਿ ਮੈਂ ਜਾਵਾਂ ਅਤੇ ਜਾਵਾਂ ਕਿੱਥੇ, ਜੇ ਮੈਂ ਪੜ੍ਹ ਵੀ ਗਿਆ ਤਾਂ ਇੱਥੇ ਮੇਰੇ ਲਈ ਨੌਕਰੀ ਨਹੀਂ। ਤਾਂ ਜਿਹੜੀ ਇਹ ਵਰਲਡ ਦੀ ਪੋਲੀਟਿਕਸ ਹੈ, ਜਿਹੜੀ ਇੰਡੀਆ ਦੀ ਪੋਲੀਟਿਕਸ ਹੈ, ਜਿਹੜੀ ਪੰਜਾਬ ਦੀ ਪੋਲੀਟਿਕਸ ਹੈ, ਇਹਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਡਰਾਈਵ ਹੁੰਦੀਆਂ, ਇਹਦੇ 'ਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ, ਇਹ ਡਰਾਈਵਿੰਗ ਫੋਰਸ ਇੱਥੋਂ ਲੈ ਰਹੀ ਸਾਰੀ। ਤਾਂ ਉਹ ਕੀ ਚਾਹੁੰਦੇ ਨੇ, ਉਹ ਜੇ ਸਾਨੂੰ ਉਹ ਵੀ ਸਾਨੂੰ ਯੂਜ਼ ਹੀ ਕਰਨਾ ਚਾਹੁੰਦੇ ਆ, ਉਹ ਵੀ ਨਹੀਂ ਚਾਹੁੰਦੇ ਅਸੀਂ ਕਦੀ ਉੱਪਰਲੀ ਗਿਣਤੀ ਵਿੱਚ ਆਈਏ। IAS ਦੇ ਵਿੱਚ ਸਾਡੀ ਗਿਣਤੀ ਘੱਟ ਗਈ ਆ, ਫੌਜ ਦੇ ਅਫਸਰਾਂ 'ਚੋਂ ਸਾਡੀ ਗਿਣਤੀ ਘੱਟ ਗਈ ਆ, ਹਿੰਦੁਸਤਾਨ ਦਾ ਜਿਹੜਾ ਸੀਗਾ ਰੇਲਵੇ ਡਿਪਾਰਟਮੈਂਟ ਉਹਦੇ 'ਚੋਂ ਸਾਡੀ ਗਿਣਤੀ ਘੱਟ ਗਈ ਆ, ਪੰਜਾਬ ਦੀਆਂ ਬੈਂਕਾਂ 'ਚੋਂ ਸਾਡੀ ਗਿਣਤੀ ਘੱਟ ਗਈ ਹੈ। ਪੰਜਾਬ ਦੇ ਬੈਂਕਾਂ 'ਚ ਕਿੰਨੇ ਮੈਨੇਜਰ ਨੇ ਜਿਹੜੇ ਬਾਹਰੋਂ ਅੱਗ ਲੱਗੇ, ਆਹ ਵਾਲੀ ਹੋਣ ਵਾਲੀ ਸਰਕਾਰ ਨੇ ਤਾਂ ਹੋਰ ਹੱਦ ਕਰ ਦਿੱਤੀ ਹੈ, ਉਹ ਮਹਿਕਮੇ ਜਿਹੜੇ ਸਾਡੇ ਮੋਨੋਪੋਲਾਈਜ਼ ਸੀਗੇ ਜਿਹਦੇ 'ਚ ਹੋਰ ਕੋਈ ਆ ਵੀ ਨਹੀਂ ਸਕਦਾ, ਉਹਦੇ 'ਚ ਵੀ ਬਾਹਰੋਂ ਲੈ ਕੇ ਬੰਦੇ ਵਾੜ ਦਿੱਤੇ। ਅਤੇ ਜਦੋਂ ਸਾਡੇ ਲਈ ਇੱਥੇ ਬੱਚੇ ਦੇ ਪੜ੍ਹੇ ਹੋਏ ਬੱਚੇ ਲਈ ਇੱਥੇ ਮੌਕਾ ਹੀ ਨਹੀਂ, ਉਹਨੂੰ ਲੱਗ ਰਿਹਾ ਕਿ ਹੋਰ ਕਿਸੇ ਪੋਲੀਟਿਕਸ ਨੇ ਡਿਸਾਈਡ ਕਰਨਾ ਹੈ ਕਿ ਮੇਰੇ ਹੀ ਕਿਸਮਤ ਦਾ ਫੈਸਲਾ ਕੀ ਹੋਏਗਾ, ਤਾਂ ਫਿਰ ਮੈਂ ਪੜ੍ਹਾਂ ਵੀ ਇੱਥੇ ਲਈ ਕਾਹਦੇ ਲਈ ਜਦੋਂ ਮੈਨੂੰ ਇੱਥੇ ਨੌਕਰੀ ਨਹੀਂ ਮਿਲਣੀ, ਕੋਈ ਮੇਰਾ ਕਾਰੋਬਾਰ ਨਹੀਂ ਚੱਲਣਾ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਮੇਵਾਰ ਨੇ, ਇਹਦੇ ਲਈ ਸੰਭਾਵੀ ਹੱਲ ਸਾਡੇ ਵਿੱਚ ਪਿਆ ਹੋਇਆ। ਅਸੀਂ ਜੇ ਪੰਜਾਬ ਨੂੰ ਮੁਹੱਬਤ ਕਰ ਰਹੇ ਹਾਂ, ਸਾਨੂੰ ਸਿਰ ਜੋੜਨਾ ਪਏਗਾ, ਸਾਨੂੰ ਉਹ ਪੋਲੀਟੀਕਲ ਮਾਡਲ ਲਿਆਉਣਾ ਪਏਗਾ, ਸਾਨੂੰ ਇਕਨੋਮਿਕ ਮਾਡਲ ਲਿਆਉਣਾ ਪਏਗਾ, ਸਾਨੂੰ ਹੀ ਕਾਰਪੋਰੇਟ ਦੇ ਮੁਕਾਬਲੇ 'ਤੇ ਖੜਾ ਹੋਣਾ ਪਏਗਾ। ਆਪਾਂ ਖੜ੍ਹੇ ਹੋਏ ਸੀਗੇ, ਉਹ ਬਿੱਲ ਵਾਪਸ ਹੋ ਗਏ ਆ, ਉਸ ਤੋਂ ਬਾਅਦ ਗੱਲ ਠੱਪ ਹੋ ਗਈ ਹੈ, ਉਸ ਤੋਂ ਬਾਅਦ ਕਿਸਾਨਾਂ ਦੀ ਕੋਈ ਆਮਦਨ ਨਹੀਂ ਵਧੀ, ਕਿਸੇ ਨੇ ਨਹੀਂ ਸੋਚਿਆ, ਉਸ ਤੋਂ ਬਾਅਦ ਕੋਈ ਸਾਨੂੰ MSP ਨਹੀਂ ਮਿਲੀ, ਕਿਸੇ ਨੇ ਨਹੀਂ ਸੋਚਿਆ, ਅਸੀਂ ਸਿਰਫ ਸੰਘਰਸ਼ ਲੜਿਆ ਅਤੇ ਘਰ ਨੂੰ ਆਏ। ਸਾਡਾ ਨਿਸ਼ਾਨਾ ਹੀ ਇੱਕ ਨੁਕਾਤੀ ਪ੍ਰੋਗਰਾਮ ਇਹਨਾਂ ਰਹਿ ਗਿਆ ਵੀ ਬਿੱਲ ਵਾਪਸ ਹੋ ਜਾਣ, ਉਸ ਤੋਂ ਅੱਗੇ ਕੀ ਹੋਵੇ? ਜਿਨ੍ਹਾਂ ਨੇ ਉਹ ਬਿੱਲ ਬਣਾਏ ਉਹ 'ਚ ਅਜੇ ਵੀ ਮੀਟਿੰਗਾਂ ਕਰ ਰਹੇ ਨੇ, ਉਹ 'ਤੇ ਅਜੇ ਵੀ ਸੋਚ ਰਹੇ ਨੇ ਹੁਣ ਅੱਗੇ ਕੀ ਕਰਨਾ, ਅਸੀਂ ਕੁਛ ਨਹੀਂ ਕਰਨਾ। ਤਾਂ ਉਸ ਵੇਲੇ ਚਾਹੇ ਕਿਸੇ ਦੀ ਜ਼ਮੀਨ ਸੀਗੀ ਚਾਹੇ ਨਹੀਂ ਸੀਗੀ, ਸਾਰਾ ਫਰਕ ਉੱਥੇ ਪਹੁੰਚਿਆ, ਉਸ ਤੋਂ ਬਾਅਦ ਕਿੱਥੇ ਨੇ ਸਾਰੇ ਅੱਡੋ ਅੱਡੀ ਨੇ, ਉਹਨਾਂ ਦਾ ਫਿਰ ਕੀ ਹੁਣ ਉਹੋ ਜਿਹਾ ਮੁਹਾਜ਼ ਉਡੀਕਦੇ ਆ? ਫਿਰ ਜੇ ਉਹੋ ਜਿਹਾ ਮੁਹਾਜ਼ ਉਡੀਕਦੇ ਆ ਤਾਂ ਫਿਰ ਉਸ ਮੁਹਾਜ਼ ਦੀ ਲਈ ਸਥਿਤੀ ਬਾਣੀ ਰਹੀ ਹੈ ਲਗਭਗ, ਤਾਂ ਉਹ ਲੜਨਾ ਹੀ ਪੈਣਾ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਕਾਨਫਰੰਸ ਦੇ ਰਾਹੀਂ ਕੋਈ ਹੱਲ ਕੱਢੀਏ ਤਾਂ ਫਿਰ ਆਪਾਂ ਨੂੰ ਉਹਨਾਂ ਮਾਡਲ ਦੇ ਉੱਤੇ ਆਉਣਾ ਪਏਗਾ। ਇਹ ਗੱਲਾਂ ਮੇਰੇ ਤੋਂ ਬਿਹਤਰ ਤਰੀਕੇ ਨਾਲ ਹੋਰ ਵਿਦਵਾਨਾਂ ਨੇ ਵੀ ਕਹੀਆਂ ਹੋਣਗੀਆਂ, ਮੈਂ ਸਿਰਫ ਆਪਣੀ ਇਮੋਸ਼ਨੈਲਿਟੀ ਵਿੱਚ ਸ਼ਾਮਿਲ ਕਰਾਂਗਾ, ਫੈਕਟਸ ਉਹੀ ਨੇ ਜਿਹੜੇ ਹੋਰ ਲੋਕ ਕਹਿ ਰਹੇ ਨੇ, ਮੈਂ ਸਿਰਫ ਆਪਣੇ ਉਸ ਦਰਦ 'ਚੋਂ ਬੋਲ ਰਿਹਾ ਜਿਹੜਾ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਦੇ ਕਰਕੇ ਨੁਕਸਾਨ ਹੋਇਆ ਅਤੇ ਇਹਨਾਂ ਗੱਲਾਂ ਕਰਕੇ ਹੱਲ ਹੋਣਾ। ਹੱਲ ਸਾਡੇ ਕੋਲ ਪਿਆ ਹੋਇਆ, ਤਾਂ ਮੈਂ ਸ਼ਾਇਦ ਸਮਾਂ ਵੱਧ ਲੈ ਗਿਆ ਹੋਵਾਂ, ਅਤੇ ਜੇ ਤੁਸੀਂ ਕੁਝ ਬਾਹਰ ਗਿਆ ਹੋਇਆਂ ਦੀ ਵਾਪਸੀ ਅਤੇ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਜੋ ਉਹਨਾਂ ਦਾ ਉੱਥੇ ਆਮਦਨ ਦਾ ਜ਼ਰੀਆ ਹੈ ਉਹਦੇ ਮੁਕਾਬਲੇ ਦਾ ਕੁਛ ਚੀਜ਼ਾਂ ਉਹਨਾਂ ਨੂੰ ਦਿਖਾ ਸਕੋ, ਤਾਂ ਮੇਰੇ ਖਿਆਲ ਨਾਲ ਤਾਂ ਬੰਦੇ ਬਹੁਤ ਨੇ ਜਿਹੜੇ ਆਉਣ ਲਈ ਤਿਆਰ ਨੇ, ਬਹੁਤ ਬੰਦੇ ਨੇ। ਇਗਜ਼ਾਮਪਲ ਵੀ ਹੈਗੀ ਸਾਡੇ ਕੋਲ, ਸਾਡੇ ਪਿੰਡ ਬੱਚੇ ਰਹਿ ਰਹੇ ਨੇ, ਉਹਨਾਂ ਦੇ ਮਾਂ ਪਿਓ ਅਮਰੀਕਾ ਨੇ, ਉਹ ਬੱਚਿਆਂ ਨੂੰ ਇੱਥੇ ਪੜ੍ਹਾ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਇੱਥੋਂ ਦੀਆਂ ਵੈਲਿਊਜ਼ ਆ ਜਾਣ, ਇੱਥੋਂ ਦੀ ਬੋਲੀ ਆ ਜਾਵੇ, ਇੱਥੋਂ ਦਾ ਸੱਭਿਆਚਾਰ ਆ ਜਾਵੇ। ਕੁਛ ਕੁਛ ਬੰਦੇ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਗੱਲਾਂ ਦਾ ਅਸਰ ਹੁੰਦਾ ਹੈ ਅਤੇ ਉਹ ਸੱਚਮੁੱਚ ਹੀ, ਕਿਉਂਕਿ ਸਿੱਖ ਜਿਹੜੇ ਨੇ ਉਹ ਸਮਰਪਣ 'ਚ ਜਿਉਂਦੇ ਨੇ, ਸਿੱਖ ਆਪਾਂ ਵਾਰ ਦਿੰਦੇ ਨੇ, ਪਰਿਵਾਰ ਵਾਰ ਦਿੰਦੇ ਨੇ, ਗੁਰੂ ਨੇ ਵਾਰਿਆ, ਉਸ ਧਰਤੀ 'ਤੇ ਬੈਠੇ ਜਿੱਥੇ ਵਾਰਿਆ,
ਤੇ ਸਿੱਖ ਕਦੇ ਵੀ ਮਾਰ ਦਿੰਦੇ। ਜਦੋਂ ਸਮਝ ਲੱਗ ਜਾਏ ਵੀ ਇਸ ਗੱਲ ਨਾਲ ਭਲਾ ਹੋ ਸਕਦਾ, ਉਹਨਾਂ ਨੂੰ ਲੱਗਿਆ ਵੀ ਜੇ ਸਾਡੇ ਬੱਚੇ ਪੰਜਾਬ ਵਿੱਚ ਰਹਿਣਗੇ, ਪੰਜਾਬੀ ਸਿੱਖ ਲੈਣਗੇ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰਹਿਣਗੇ, ਫਿਰ ਇਹਨਾਂ ਨੂੰ ਕੋਈ ਚੀਜ਼ ਦੁਨੀਆਂ 'ਚ ਹਰਾ ਨਹੀਂ ਸਕਦੀ। ਅਤੇ ਜੇ ਅਸੀਂ ਇਹ ਕਰ ਲਈਏ ਤਾਂ ਬਹੁਤ ਵੱਡਾ ਇੱਕ ਕਹਿ ਲਓ ਕਿ ਪੰਥਕ ਕਾਰਜ ਹੋ ਜਾਏਗਾ। ਅਸੀਂ ਕਿਸੇ ਨੂੰ ਵਾਪਸ ਆਉਣ ਲਈ ਮਜਬੂਰ ਨਹੀਂ ਕਰ ਸਕਦੇ, ਸਿਰਫ ਉਹਦੇ ਸਾਹਮਣੇ ਇੱਕ ਆਪਸ਼ਨ ਰੱਖ ਸਕਦੇ ਹਾਂ ਕਿ ਇਹ ਵੀ ਇੱਕ ਆਪਸ਼ਨ ਹੈ। ਤਾਂ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Thank you.